ਸਸ਼ੀਗਾਲ ਨਮਸਕਾਰ ਮੈਂ ਹਦੀਪਕ ਪੰਡਾਰੀ ਤੁਸੀ ਦੇਖ ਰਹੇ ਹੋ ਡੀਫੋ ਨਿਊਜ਼ ਸਰਵ ਵਿਸ਼ੇਸ਼ ਪ੍ਰੋਗਰਾਮ ਖਰੀਆਂ ਖਰੀਆਂ ਤੁਹਾਡਾ ਸਵਾਗਤ ਹੈ ਸਰਕਾਰ ਨੇ ਜ਼ਮੀਨਾਂ ਨੂੰ ਖਾਲੀ ਕਰਾਉਣ ਵਾਸਤੇ ਇੱਕ ਅਭਿਆਨ ਚਲਾਇਆ ਸੀ ਪਿਛਲੇ ਸਾਲ ਕਿਸ ਤਰ੍ਹਾਂ ਜਦੋਂ ਕੈਬਨਿਟ ਮਨਿਸਟਰ ਸਨ ਕੁਲਦੀਪ ਸਿੰਘ ਧਾਰੀਵਾਲ ਪੰਚਾਇਤੀ ਰਾਜ ਮੰਤਰੀ ਸਨ ਥਾਂ ਥਾਂ ਤੇ ਜਾ ਕੇ ਕਈ ਉਹਨਾਂ ਨੇ ਏਕੜ ਜ਼ਮੀਨ ਖਾਲੀ ਕਰਾਈ ਸਾਡੀ ਜਾਣਕਾਰੀ ਦੇ ਮੁਤਾਬਿਕ ਕਰੀਬ 12000 ਏਕੜ ਜ਼ਮੀਨ ਨੂੰ ਖਾਲੀ ਕਰਾਇਆ ਗਿਆ ਪਰ ਹਜੇ ਵੀ 90 95000 ਏਕੜ ਜ਼ਮੀਨ ਐਸਆ ਜਿਹੜੀ ਕਿ ਰਸੂਖਦਾਰਾਂ ਦੇ ਕਬਜ਼ੇ ਚ ਹੈ ਜਿਨ੍ਹਾਂ ਨੂੰ ਖਾਲੀ ਨਹੀਂ ਕਰਾ ਜਾ ਸਕਿਆ ਅਮਰ ਸਾਥੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਅਫਸਰ ਕੁਝ ਸਰਕਾਰ ਦੀ ਮੰਸ਼ਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹੈ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਭ੍ਰਿਸ਼ਟਾਚਾਰ ਨੂੰ ਲੈ ਕੇ ਸਰਕਾਰ ਨੇ ਆਖਿਆ ਸੀ ਕਿ ਅਸੀਂ ਪੂਰੀ ਪਾਰਦਰਸ਼ਤਾ ਵਰਤਾਂਗੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਤੁਹਾਨੂੰ ਕੋਈ ਪੈਸਾ ਖਰਚ ਨਹੀਂ ਕਰਨਾ ਪਏਗਾ ਪਰ ਕਿਸ ਤਰ੍ਹਾਂ ਇੱਥੇ ਸਰਕਾਰੀ ਜ਼ਮੀਨਾਂ ਦੀ ਰਜਿਸਟਰੀ ਜਿਹੜੀ ਹੈ ਉਹ ਕਰਤੀ ਜਾਂਦੀ ਹੈ ਕਿਸੇ ਦੇ ਨਾਂ ਤੇ ਕੱਲ ਹੀ ਆਪਾਂ ਇੱਕ ਖਬਰ ਕੀਤੀ ਸੀ ਆਈਐਫਐਸ ਅਫੀਸਰ ਇੰਡੀਅਨ ਫੋਰਨ ਸਰਵਿਸਿਜ਼ ਦੇ ਵਿੱਚ ਇਹ ਅਧਿਕਾਰੀ ਨੇ ਰਚੀਤਾ ਪੰਡਾਰੀ ਉਹਨਾਂ ਦੀ ਜ਼ਮੀਨ ਦੀ ਰਜਿਸਟਰੀ ਕੋਈ ਕਰਾ ਜਾਂਦਾ ਹੈ ਇਹ ਵੀ ਜ਼ਮੀਨ ਦੀ ਰਜਿਸਟਰੀ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਸਭ ਰਜਿਸਟਰਾਰ ਜਿਹੜੇ ਨੇ ਜਗਤਾਰ ਸਿੰਘ ਉਹਨਾਂ ਦੇ ਦਫ਼ਤਰ ਚ ਹੋਈ ਹੈ ਮਾਮਲਾ ਕੀ ਹੈ ਕਿ ਇਹਨਾਂ ਨੂੰ ਨੋਟਿਸ ਜਾਰੀ ਹੋਇਆ ਹੈ ਇੱਥੇ ਗੱਲਬਾਤ ਕਰਾਂਗੇ ਇੱਕ ਆਜ਼ਾਦ ਭਾਰਤ ਦੀ ਜਿਹੜੀ ਖਤਰਨਾਕ ਤਸਵੀਰ ਸਾਹਮਣੇ ਆਈ ਹੈ ਕਿ ਅਜ ਵੀ ਮਹਿਲਾਵਾਂ ਇੱਥੇ ਸੇਫ ਨਹੀਂ ਹੈ ਕਰਨਾਟਕ ਦੇ ਦੀ ਹੈ ਘਟਨਾ ਇੱਕ 40-45 ਸਾਲ ਦੀ ਔਰਤ ਨੂੰ ਉਹਦੇ ਘਰ ਵੜ ਜਾਂਦੇ ਨੇ ਕੁਝ ਲੋਕ ਬਾਹਰ ਕੱਢ ਕੇ ਉਹਦੇ ਕੱਪੜੇ ਪਾੜਦੇ ਨੇ ਉਹਦੇ ਨੂੰ ਨੰਗਾ ਕਰਕੇ ਕਿਸ ਤਰ੍ਹਾਂ ਖੰਬੇ ਨਾਲ ਬੰਨਿਆ ਜਾਂਦਾ ਤੇ ਉੱਥੇ ਲੋਕ ਜਿਹੜੇ ਨੇ 2-400 ਬੰਦਾ ਚੁੱਪ ਕਰਕੇ ਵੇਖਦਾ ਰਹਿੰਦਾ ਸਰ ਨਾਲ ਸਾਡੇ ਐਕਸਪਰਟ ਰਕੇ ਸ਼ਰਮਾ ਸ਼ਮਾਈ ਨੋਸ਼ ਕਰਦੀ ਹੈ ਇਨਵਰਤ ਕਾਰਬਨਾਰੀ ਸਾਹਿਬ ਸ਼ਮਾਈ ਅਸੀਂ ਕੱਲ ਗੱਲ ਕੀਤੀ ਸੀ ਵੀ ਆਪਣਾ ਪੂਰਾ ਐਪੀਸੋਡ ਕੀਤਾ ਸੀ ਪਹਿਲੇ ਇਲੀਗਲ ਨਿਰਮਾਨ ਕਿਸ ਤਰ੍ਹਾਂ ਹੁੰਦੇ ਨੇ ਸਭ ਮਿਲੀ ਭਗਤ ਹੈ ਜਿੰਨਾਂ ਵੀ ਪੰਜਾਬੀ ਚ ਚੋਰ ਕੁੱਤੀ ਰਲ ਗਏ ਤੇ ਪੰਜਾਬ ਨੂੰ ਲੁੱਟ ਕੇ ਤੇ ਕਹਿੰਦੇ ਵੀ ਖਾ ਗਏ ਬਿਲਕੁਲ ਠੀਕ ਹੈ ਆਈਐਫਐਸ ਅਫੀਸਰ ਰਚੀਤਾ ਪੰਡਾਰੀ ਦੇਖੋ ਬਰਲਿਨ ਦੇ ਵਿੱਚ ਐਸ ਵੇਲੇ ਲੱਗੇ ਹੋ ਉਹਨਾਂ ਦੀ ਜ਼ਮੀਨ ਨੂੰ ਕਿਸ ਤਰ੍ਹਾਂ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਹਦੀ ਰਜਿਸਟਰੀ ਹੋ ਜਾਂਦੀ ਹੈ ਪਤਾ ਲੱਗਦਾ ਤੇ ਮਾਮਲਾ ਪ੍ਰਧਾਨ ਮੰਤਰੀ ਨਰਮੋਦੀ ਭਗਵੰਤ ਮਾਨ ਸਾਹਿਬ ਕੋ ਵੀ ਪਹੁੰਚਦਾ ਤੇ ਹਜੇ ਤੱਕ ਸ਼ਿਕਾਇਤ ਕੀ ਹੋਈ ਹੈ ਅਧਿਕਾਰੀ ਉਹੀ ਲਗਾਈ ਜਾਂਦੇ ਵੀ ਅਕਸਰ ਰਚੀਦਾ ਭੰਡਾਰੀ ਦੀ ਮਾਤਾ ਜੀ ਜਿਹੜੇ ਸੁਦਾ ਭੰਡਾਰੀ ਨੇ ਉਹਨਾਂ ਨੇ ਸ਼ਿਕਾਇਤ ਕੀ ਕੀਤੀ ਹੈ ਇਹ ਕਹਿੰਦੇ ਦੀ ਜਾਂਚ ਚੱਲ ਰਹੀ ਵੀ ਤੁਸੀਂ ਜਾਂਚ ਤੇ ਕਰੋ ਪਰ ਇਹ ਤਾਂ ਦੱਸੋ ਵੀ ਤੁਹਾਡੀ ਨਲਾਕੀ ਕਿੱਥੇ ਹੋਈ ਤੁਹਾਡੇ ਅਫਸਰ ਨੇ ਕਿੱਥੇ ਜਿਹੜਾ ਆਪਣੀ ਡਿਊਟੀ ਨੂੰ ਠੀਕ ਡੰਗ ਨਾਲ ਨਹੀਂ ਨਿਭਾਇਆ ਇਹ ਕੀ ਹੈ ਪੂਰਾ ਮਾਮਲਾ ਬਿਲਕੁਲ ਗੱਲ ਠੀਕ ਹੈ ਕੱਲ ਵੀ ਇਹੀ ਕੀਤੀ ਗੱਲ ਪਈ ਰਚਿਤਾ ਭੰਡਾਰੀ ਆਈਐਫਐਸ ਬਰਲਿੰਗ ਚ ਲੱਗੇ ਆ ਪੋਸਟਡ ਆਗੇ ਆ ਇਹਨਾਂ ਦੀ ਹੇਅਰ ਪਿੰਡ ਦੇ ਵਿੱਚ ਜੋ ਸਾਡੇ ਸੁੱਤਾ ਦੱਸਦੇ ਜਮੀਨ ਨਹੀਂ ਕਰੋੜਾਂ ਦੀ ਜਮੀਨ ਹੈ ਜੀ ਇੱਕ ਆਂਦੇ ਜੀ ਮਹਿਲਾ ਨੇ ਰਚਿਤਾ ਭੰਡਾਰੀ ਬਣ ਕੇ ਉਹ ਜ਼ਮੀਨ ਦੇ ਜਿਸ ਤੀਕੇ ਹੋ ਤੇ ਨਾ ਕਰਦੀ ਵੇਚਦੀ ਕਰੋੜਾਂ ਦੀ ਜਮੀਨ ਹੁਣ ਦੀ ਵੇਖੋ ਭੰਡਾਰੀ ਸਾਹਿਬ ਵੀ ਜਦੋਂ ਅਪਾਇੰਟਮੈਂਟ ਲੈਣੀ ਆ ਆਧਾਰ ਕੜ ਲਗਦੇ ਆ ਖਰੀਦਣ ਵਾਲੇ ਦਾ ਵੇਚਣ ਵਾਲੇ ਦਾ ਜੀ ਔਰ ਲੈਣੀ ਆ ਜਦੋਂ ਅਪਾਇੰਟਮੈਂਟ ਲੈਣੀ ਆ ਆਧਾਰ ਕਾਰਡ ਲਗਣਾ ਪੁਰਾਣੀ ਰਜਿਸਟਰੀ ਲਗਣੀ ਦੋਵਾਂ ਪਾਰਟੀਆਂ ਆਧਾਰ ਕਾਰਡ ਲੱਗਣੇ ਆ ਪੁਰਾਣੀ ਰਜਿਸਟਰੀ ਲਗਣੀ ਆ ਪੇਮੈਂਟ ਦਾ ਮੋਡ ਕੀ ਹੋਇਆ ਉਹ ਪਤਾ ਲੱਗਣਾ ਵਾ ਇੱਕ ਅਸਟਾਮਾ ਦੇ ਕਿੰਨੇ ਖਰੀਦੇ ਉਹ ਪਤਾ ਲੱਗਣਾ ਫਿਰ ਰਜਿਸਟਰੀ ਜਿਹੜੀ ਆ ਤਸਦੀਕ ਕਿੰਨੇ ਕੀਤੀ ਜੀ ਇੱਕ ਵਕੀਲ ਜਾਂ ਨਮਰਦਾਰ ਨੇ ਕਰਨੀ ਆ ਤੇ ਦੂਜੀ ਆ ਦੋ ਗਵਾਹ ਦੇ ਨਾਲ ਉਹ ਤਸਦੀਕ ਕਰਦੇ ਆ ਫਿਰ ਸਾਰੇ ਡਾਕੂਮੈਂਟ ਹੋ ਗਏ ਫਿਰ ਅਪਾਇੰਟਮੈਂਟ ਮਿਲਦੀ ਆ ਫਿਰ ਜਿਹੜੇ ਆ ਸਬ ਡਿਸਟ੍ਰਿਕਟ ਸਾਹਿਬ ਆ ਉਹਨੂੰ ਤਸਦੀਕ ਕਰਦੇ ਉੱਥੇ ਵੀ ਕਲਰਕ ਬੈਠਾ ਹੁੰਦਾ ਉਹ ਵੇਂਦਾ ਵੀ ਕੋਈ ਕੇਸ ਕੋਸ਼ ਕਹੀ ਇਹ ਉਹਦੇ ਨਾਲ ਕਿ ਜੀ ਤੁਸੀਂ ਵੀ ਰਜਿਸਟਰੀ ਕਰਾਨ ਗਏ ਹੋਣੇ ਹੋ ਸੋ ਸਾਡੀ ਜਾਣਕਾਰੀ ਅਸੀਂ ਵੀ ਇੱਕ ਦੋ ਵਾਰੀ ਸਾਨੂੰ ਜਾਣ ਦਾ ਮੌਕਾ ਮਿਲਿਆ ਉੱਥੇ ਨਾ ਜੇ ਤੁਹਾਨੂੰ ਕੋਈ ਜਾਣਦਾ ਨਹੀਂ ਨਾ ਜੀ ਤੇ ਕੁਝ ਉੱਥੇ ਖੜੇ ਹੁੰਦੇ ਆ ਨੰਬਰਦਾਰ ਸਾਹਿਬ ਜਾਂ ਵਕੀਲ ਸਾਹਿਬ ਉਹਨਾਂ ਦਾ ਕੰਮ ਹੈ ਫੀਸ ਲੈਣਾ ਤੇ ਲਿਖ ਦੇਣਾ ਵੀ ਮੈਂ ਇਹਨੂੰ ਆਈ ਨੋ ਹਿਮ ਪਰਸਨਲੀ ਜਾਨਦੇ ਆ ਦੇਖੋ ਇਹ ਬੜਾ ਵੱਡਾ ਇੱਕ ਫਲਾ ਹੈ ਲੈ ਗਈ ਸਾਰੇ ਵਸੀਦ ਤੁਹਾਨੂੰ ਕੋਈ ਦੀ ਜਾਂਦਾ ਉਹ ਹੁੰਦਾ ਇਹ ਗੱਲ ਪੱਕੀ ਗੱਲ ਆ ਉਹ ਵਸੀਕਿਆਂ ਦੇ ਰੱਖੇ ਹੁੰਦੇ ਪੱਕੇ ਹੀ ਉਹ ਪੱਕੀ ਫੀਸ ਹੁੰਦੀ 1000 ਰੁਪਇਆ 2000 ਰੁਪਇਆ ਜਾਂ 500 ਰੁਪਇਆ ਉਹਨੂੰ ਮਿਲ ਹੀ ਜਾਣਾ ਉਹ ਹਰਗ ਦਾ ਲਵਾਈ ਜਾਂਦੇ ਮੋਹ ਤੇ ਇੰਗੁਠਾ ਲਵਾਈ ਜਾਂਦੇ ਜ਼ੋਦਾ ਕਰੀ ਜਾਂਦੇ ਉਹ ਵੀ ਕਰੀ ਜਾਂਦੇ ਸ਼ਾਮ ਨੂੰ ਲੜੀ ਮੰਨ ਕੇ ਬਣੀ ਦਾ ਵੀ ਜਾਂਦੀ ਗਾਂ ਜਾਂਦੇ ਆ ਸਵਾਲ ਦੇਖੋ ਕੇ ਜੀ ਕਿਸ ਤਰ੍ਹਾਂ ਹੈ ਵੀ ਇੱਕ ਔਰਤ ਆਂਦੀ ਹੈ ਆਈਐਫਐਸ ਅਫਸਰ ਆ ਦੇਖੋ ਉਹਦੀ ਜ਼ਮੀਨ ਕੁੰਡ ਕੱਢਿਆ ਵੀ ਕੁੰਡ ਚੁੱਕਿਆ ਨਹੀਂ ਉਦੋਂ ਜਦੋਂ ਦੋਸੂ ਫੋਟੋ ਕੀਤੀ ਹੈ ਦੇਖੋ ਬੜਾ ਵੱਡਾ ਸਵਾਲ ਹੈ ਇਹ ਕੋਈ ਤਾਂ ਗੱਲ ਐਵੇਂ ਕੁੰਡ ਦੀ ਬਣ ਗਈ ਕੁੰਡ ਵਾਲੇ ਤਾਂ ਵੈਸੇ ਬੰਦਾ ਘੂਰ ਘੂਰ ਕੇ ਵੇਂਦਾ ਫਿਰ ਜਦੋਂ ਫੋਟੋ ਖਿੱਚਣੀ ਆ ਕੁੰਡ ਜਿੱਤੇ ਫੋਟੋ ਹੋ ਹੀ ਨਹੀਂ ਸਕਦੀ ਕੁੰਡ ਚ ਕੀ ਪਤਾ ਉਹ ਜਨਾਨੀ ਆ ਕਿ ਬੰਦਾ ਕਿ ਗੁਜ਼ਰਾ ਚਲੋ ਰਕੇਗਾ ਇਹ ਵੇਖੋ ਜਿਹੜੀ ਇਹਦੀ ਹੁਣ ਜਾਂਚ ਜਿਹੜੀ ਆ ਜਦੋਂ ਮਾਮਲਾ ਸੀਐਮ ਦੇ ਪੀਐਮ ਦੇ ਦਰਬਾਰ 'ਚ ਪਹੁੰਚ ਜਾਂਦਾ ਦੀਸਾ ਵੇ ਦੀ ਜਾਂਚ ਦਿੰਦੇ ਐਸ.ਬੀ.ਐਮ 2 ਨੂੰ ਜੀ ਐਸ.ਬੀ.ਐਮ 2 ਹੀ ਨਿਕਾਸ ਕੁਮਾਰ ਨਿਕਾਸ ਕੁਮਾਰ ਜੀ ਉਹਨਾਂ ਵੱਲੋਂ ਆਂਦੇ ਵੀ ਹੁਣ ਸਭ ਨੂੰ ਸੰਬੰਧ ਕੀਤਾ ਗਿਆ ਬੰਦਿਆਂ ਨੂੰ ਜਵਾਬ ਤਲਬੀ ਲਈ ਗਈ ਜਿਹੜੇ ਜਿਹੜੇ ਇਹਦੇ ਵਿੱਚ ਸ਼ਾਮਲ ਹੈਗੇ ਆ ਜਿਹਦਾ ਤੁਹਾਨੂੰ ਮੈਂ ਦੱਸਿਆ ਵੀ ਕੁਆ ਕਿੜੇ ਆ ਤਸਦੀਕ ਨੇ ਕੀਤੀ ਆ ਬਸ ਸਿਕਾ ਕਿਹੜਾ ਹੈ ਉਸ ਟਾਂਕ ਕਿੱਥੋਂ ਲੈ ਗਏ ਸਭ ਜਿਸ ਦਾ ਕਿੜਾਈ ਕਿਹ ਜੀ ਸਭ ਤੋਂ ਜਿਹੜਾ ਬੰਦਾ ਸਵਾਲਾਂ ਨੂੰ ਜਿਹੜੀ ਜਾਂਚ ਦਾ ਵਿੱਚ ਪਹਿਲੇ ਤੇ ਗੱਲ ਸੀ ਕੱਲ ਵੀ ਕੀਤੀ ਸੀ ਇਹਦੀ ਪੁਲਿਸ ਨੂੰ ਦੇ ਦੇਣੀ ਚਾਹੀਦੀ ਹੈ ਤੁਸੀਂ ਦੇਖੋ ਉਹਦੇ ਕੋਲ ਪੁਰਾਣੀ ਰਜਿਸਟਰੀ ਕਿੱਥੋਂ ਆਗੀ ਹਰ ਦੇ ਕਿੱਥੋਂ ਆ ਗਈ ਇਮਤਿਹਾਲ ਕਿੱਥੋਂ ਆ ਗਈ ਕਿਸੇ ਅਫਸਰ ਨੂੰ ਪਤਾ ਨਾ ਅਫਸਰ ਨੂੰ ਪਤਾ ਨਾ ਵੀ ਜੇ ਜ਼ਮੀਨ ਖਾਲੀ ਪਈ ਕਿਸੇ ਦੀ ਇੰਤਿਹਾਲ ਜਮ੍ਹਾਂ ਬੰਦੀ ਲੱਗਦੀ ਤਾਂ ਬਾੜਾ ਜਾਂ ਕੋਈ ਨੁਕਸ ਹੋਵੇ ਤੇ ਇਹ ਕਰਦੇ ਨਹੀਂ ਇਹ ਕਿਦਾਂ ਕੀਤੀ ਉਹਨ ਵੇਖੋ ਆਂਦੇ ਵੀ ਕੱਲ ਛੁੱਟੀ ਸੀ ਆ ਜਾਂਦੇ ਵੀ ਇਹਨਾਂ ਦੇ ਮਾਸਟਰਮਾਈਂਡ ਨੂੰ ਸਦਿਆ ਇਹ ਪਤਾ ਲੱਗਾ ਵੀ ਇਹ ਮਾਮਲੇ ਕੁਝ ਕਾਂਗਰਸੀ ਨੇਤਾਵਾਂ ਦੇ ਵੀ ਨਾਂ ਸਾਹਮਣੇ ਆ ਰਹੇ ਆ ਜੀ ਇਹ ਡਿਸਟ੍ਰਿਕਟ ਕਰਨ ਵਾਸਤੇ ਸਬ ਡਿਸਟ੍ਰਿਕਟ ਸਾਧਗਤਾ ਸਿੰਘ ਜਿਹੜੇ ਸਬ ਡਿਸਟ੍ਰਿਕਟ 3 ਹੈਗੇ ਆ ਉਹਨਾਂ ਨੂੰ ਇੱਕ ਕਾਂਗਰਸ ਦੇ ਬੰਦੇ ਨੇ ਕਿਹਾ ਮੈਂ ਜਨਰਲ ਸੈਕਟੀਵ ਬੋਲਦਾ ਕਾਂਗਰਸ ਦਾ ਦੂਜੇ ਨੇ ਕਿਹਾ ਮੈਂ ਇੱਕ ਫਲਾਣੇ ਵੱਡੇ ਨੇਤਾ ਦਾ ਪੀਏ ਬੋਲਦਾ ਉਹਨਾਂ ਦੇ ਸਾਰੇ ਆਪਣੇ ਆਪਣੇ ਜਿਗਾੜ ਦੇ ਲੱਗੇ ਹੈ ਵੀ ਆਪਣੀ ਜਾਨ ਕਿੱਦਾਂ ਬਚਾਈਏ ਫਿਰ ਵੇਂਦੇ ਆ ਵੀ ਇਹ ਤੇ ਹੁਣ ਅੱਜ ਇਹਨਾਂ ਦੇ ਬਿਆਨ ਆ ਹੋਣੇ ਆ ਉਹਨਾਂ ਕੋਲ ਐਡੀਐਮ ਸਾਹਿਬ ਕੋਲ ਲਿਖਤ ਬਿਆਨ ਹੋਣੇ ਆ ਮਸੀਕਾ ਅਨवीस ਦੇ ਵੀ ਹੋਣੇ ਆ ਆਕਸੀ ਦੇ ਵੀ ਹੋਣੇ ਆ ਸਭ ਡਿਸਟ੍ਰਿਕਟ ਦੇ ਹੋਣੇ ਨਾ ਪੁੱਛਗਿੱਛ ਕੀਤੀ ਜਾਊਗੀ ਲਿਖਤ ਬਿਆਨ ਲੈਣ ਤੋਂ ਵਾਅਦਾ ਦੇਣਾ ਸਾਰਿਆਂ ਦੇ ਦੀ ਰਿਪੋਰਟ ਅ ਜਲ ਨੂੰ ਸਬਮਿਟ ਹੋਊਗੀ ਤੇ ਜਿਹੜਾ ਦੋਸ਼ੀ ਪੈਜੋ ਉਤੇ ਐਫ ਆਈ ਆਰ ਵੀ ਹੋਊਗੀ ਤੇ ਹੋਣੀ ਵੀ ਚਾਹੀਦੀ ਆ ਪਰ ਉਹ ਵੇਖੋ ਨਾ ਜਗਤਾਰ ਸਿੰਘ ਅਣੀ ਤੇ ਸੁਰਖੀਆਂ ਜੀ ਰਹਿ ਗਿਆ ਜੀ ਮੈਨੂੰ ਜਾਦੇ ਜਾਂਦੇ ਸੁਰਖੀਆਂ ਜਿਹੜਿਆਂ ਦਾ ਸ਼ੋਅ ਕਰਦੇ ਜਾ ਇਹਨਾਂ ਦੀ ਕੋਈ ਗ੍ਰਹਿ ਚੱਲ ਮੜੀ ਚੱਲਣ ਦੀ ਆ ਕਿਤੇ ਕਿਤੇ ਜੰਮੜਿਆ ਕੀ ਚੱਲਣ ਡਿਆ ਇਹਨਾਂ ਨੂੰ ਵੀ ਇਹ ਫਿਰ ਸੁਰਖੀਆਂ ਜਾਗੇ ਆ ਇੱਕ ਵਾਰਾਂ ਫੇਰਿਆ ਨਾ ਨਾ ਭਰੀਆ ਇੱਕ ਇੱਕ ਵਾਰ ਜਿਹੜਾ ਗੱਭਰ ਹੀ ਲਾਈ ਬੜੇ ਸਖਤ ਮਹੰਦਾਰ ਕਸਮ ਦੇ ਅਧਿਕਾਰੀ ਜਿਨ੍ਹਾਂ ਦੇ ਹੁੰਦੇ ਉਹ ਸਾਰੇ ਗਲਤ ਕੰਮ ਸਾਬਰ ਰਜਿਸਟਰ ਜਿਹੜੀ ਤਹਿਸੀਲ ਥੀ ਹੈ ਉਹਦੇ ਵਿੱਚ ਹੀ ਹੋਣੇ ਆ। ਹੁਣਾਂ ਦੇ ਵੀ 29 ਨਾਲ 5 ਮਰਲੇ ਸਰਕਾਰੀ ਜ਼ਮੀਨ ਹੈ ਪੰਚਾਇਤੀ ਦੇ ਸ਼ਾਮਲਾਤੀ ਜ਼ਮੀਨ ਹੈ ਜਿਹੜੀ ਤੇ ਸਾਡੇ 29 ਮਰਲੇ। ਉਹ ਸਾਡੇ ਉਹਨੂੰ ਆਂਦੇ ਵੀ ਇਹਨਾਂ ਨੇ ਕਰਤਾ ਰਜਿਸਟਰੀ ਕਰਤੀ ਆ ਤੇ ਡੀਸੀ ਸਾਹਿਬ ਨੇ ਸਪੈਸ਼ਲ ਸੈਕਟੀ ਰੈਵਨਿਊ ਦੇ ਖਿਲਾਫ ਕਾਰਵਾਈ ਕਰਨ ਨੂੰ ਹੀ ਕਹਿੰਦੇ ਲਿਖਤਾ। ਜੋ ਸੂਤਰ ਦੱਸਦੇ ਆ ਵੀ ਆੰਦੇ ਸਰਕਾਰੀ ਜ਼ਮੀਨ ਹੈ ਜਿਹੜੀ ਹੈ ਨਾ ਪਿੰਡ ਚੱਬੇ ਦੀ ਇਹਦਾ ਵਸਿਕਾ ਦਾ ਨੰਬਰ ਹੈਗਾ 3353 ਤੇ 3354 ਜੀ ਦੋਨੋਂ ਨੰਬਰਾਂ ਦੀਆਂ ਰਜਿਸਟਰੀਆਂ ਦੇ 26 ਦਸੰਬਰ ਨੂੰ ਤਸਦੀਕ ਹੋਈਆਂ ਤੇ ਵਸਿਕਾ ਨੰਬਰ 3353 ਦੇ ਵਿੱਚ ਕਰੀਬ 8 ਕਨਾਲ 12 ਮਰਲੇ ਤੇ ਵਸਿਕਾ ਨੰਬਰ 3344 ਜਾ 17.5 ਮਰਲੇ ਜ਼ਮੀਨ ਦੀ ਜਿਹੜੀ ਦਸਤਕੀ ਕੀਤੀ ਗਈ ਆ ਜਿਹੜਾ ਰਜਿਸਟ੍ਰੇਸ਼ਨ ਸ਼ੋਡ ਐਕਟ ਹੈਗਾ 2020 ਜੀ ਉਹਦੀ ਧਾਰਾ ਹੈਗੀ 19ਏ 1 2 ਦੇ ਤਹਿਤ ਗ੍ਰਾਮ ਪੰਚਾਇਤ ਜਾਂ ਸ਼ਾਂਵਲਾ ਦੀ ਜ਼ਮੀਨ ਦੀ ਰਜਿਸਟਰੀ ਨਹੀਂ ਕੀਤੀ ਜਾ ਸਕਦੀ ਜੀ ਇਹ ਜਿਹੜੀਆਂ ਰਜਿਸਟਰੀਆਂ ਇਹਨਾਂ ਵੱਲੋਂ ਕੀਤੀਆਂ ਗਈਆਂ ਸਰਦਾਜਗਤਾਰ ਸਿੰਘ ਜੀ ਵੱਲੋਂ ਇਹ ਰਜਿਸਟਰੀ ਨੀਮਾ ਦੇ ਖਿਲਾਫ ਕੀਤੀ ਗਈ ਆ ਤੇ ਜਿਹੜੇ ਸਪੈਸ਼ਲ ਸੈਕਟਰੀ ਰੈਵਿਨਿਊ ਆ ਉਹਨਾਂ ਨੂੰ ਉਹਨਾਂ ਨੇ ਲਖਤਾ ਸਾਹਿਬ ਡਿਸਟ੍ਰਿਕਟ ਦੇ ਖਿਲਾਫ ਨੀਮਾ ਅਨਸਾਰ ਕਾਰਵਾਈ ਕੀਤੀ ਜਾਵੇ ਉਹ ਵੇਖੋ ਵੀ ਚਲੋ ਉੱਥੇ ਤੁਹਾਨੂੰ ਨਹੀਂ ਪਤਾ ਲੱਗਾ ਵੀ ਜਮ੍ਹਾਂ ਬੰਦੀ ਦੇ ਸਾਰੇ ਲੱਗੀ ਸੀ ਤਸਦੀਕ ਹੋਈ ਸੀ ਹੁਣ ਆ ਕਿਦਾਂ ਹੋ ਗਈ ਇਹਨੂੰ ਲੈ ਕੇ ਇਹ ਤਾਂ ਪਤਾ ਨਾ ਵੀ ਸ਼ਾਮਲਾ ਜਮੀਨ ਹੈ ਤਾਂ ਜਿਹੜੀ ਪੰਚਾਇਤੀ ਜਮੀਨ ਹੈ ਦੀ ਰਜਿਸਟਰੀ ਨਹੀਂ ਕਿਸੇ ਦੇ ਨਾਮ ਹੋ ਸਕਦੀ ਉਹ ਪੰਚਾਇਤ ਦੀ ਹੁੰਦੀ ਆ ਮੈਂ ਸਾਰਾ ਮਾਮਲਾ ਜਾਣਨ ਵਾਸਤੇ ਜਾਂਦੇ ਵਹਿੰਦੇ ਨਹੀਂ ਜੋ ਆਸੀ ਕਹਿੰਦਾ ਮਾਰੇ ਕੋ ਗੀਦੇ ਕਰੀ ਜਾਂਦੇ ਕਲਿਕ ਦਵਾ ਦਾ ਕਹੀਦੀ ਹੁੰਦਾ ਵੀ 100 ਰਜਿਸਟਰੀਆਂ ਹੋਣੀਆਂ ਰੋਈ ਦੀਆਂ ਕੋ ਬੰਦੇ ਨੂੰ ਹੁੰਦਾ ਵੀ ਮੈਂ ਪਰ ਰਜਿਸਟਰੀ ਇੰਨੇ ਪੈਸੇ ਲੈਣੇ ਸਭ ਜਗ ਜਾਰ ਹੈ ਜੀ ਵੀ ਕਿੰਨੇ ਪੈਸੇ ਦਲਦੇ ਉਥੇ 10000 15000 20000 ਚੱਲਦਾ ਹਰ ਰਜਿਸਟਰੀ ਦਾ ਤੁਸੀਂ ਜਾ ਕੇ ਦੇਖ ਲਓ ਮਾਨ ਸਾਹਿਬ ਆਪ ਮੰਨ ਚੁੱਕੇ ਹੈ ਕਹਿ ਚੁੱਕੇ ਹੈ ਓਪਨ ਸਟੇਟੋ ਕਹਿ ਚ ਮੈਂ ਗੱਲ ਕੀਤੀ ਅਜਗਤਾਰ ਸਿੰਘ ਨਾਲ ਵੀ ਜਗਤਾਰ ਜੀ ਇਹ ਕਿਸ ਤਰ੍ਹਾਂ ਤੁਹਾਡੇ ਕੋਲ ਇਹ ਜ਼ਮੀਨ ਰਜਿਸਟਰੀ ਹੋ ਗਈ ਉਹ ਕਹਿੰਦੇ ਜੀ ਦੋਨੋਂ ਮਾਮਲੇ ਦੀ ਗੱਲ ਕੀਤੀ ਮੈਂ ਰਚੀਤਾ ਭੰਡਾਰੀਂ ਦੀ ਵੀ ਤੇ ਇਹ ਮਾਮਲੇ ਦੀ ਜਿਹੜੀ ਚੱਬੇ ਦੀ ਜ਼ਮੀਨ ਸਾਡੇ 29 ਮਰਲੇ ਉਹ ਕਹਿੰਦੇ ਜੀ ਦੋਨੋਂ ਹੀ ਮਾਮਲੇ ਜਿਹੜੇ ਨਾ ਇਹ ਅੰਡਰ ਇਨਵੈਸਟੀਗੇਸ਼ਨ ਹੈ ਮੈਂ ਕਿਹਾ ਜੀ ਕੀ ਤੁਸੀਂ ਵਾਕਈ ਇਹ ਜਾਣਬੁੱਝ ਕੇ ਕੀਤੀ ਹੈ ਜਾਂ ਤੁਹਾਡੇ ਕੋਲ ਗਲਤੀ ਨਾ ਹੋ ਗਈ ਜਾਂ ਕੋਈ ਬੰਦਾ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਕਹਿੰਦੇ ਜੀ ਮੈਂ ਤੁਹਾਨੂੰ ਮਿਲ ਕੇ ਸਾਰੀਆਂ ਗੱਲਾਂ ਦੱਸਾਂਗਾ ਚਲੋ ਜਦੋਂ ਸਾਨੂੰ ਪਤਾ ਲੱਗੇ ਅਸੀਂ ਦਰਸ਼ਕਾਂ ਨੂੰ ਦੱਸ ਦਿਆਂਗੇ ਪਰ ਸਭ ਤੋਂ ਵੈਰ ਨਹੀਂ ਕੁਛ ਕੀਤਾ ਤੇ ਦੱਸੋ ਤਾਂ ਨਹੀਂ ਕਿਉਂ ਨਹੀਂ ਮਿਲ ਕੇ ਕੀ ਦੱਸਣਾ ਕੇ ਜੀ ਸਭ ਤੋਂ ਜਿਹੜੀ ਵੱਡਾ ਸਵਾਲ ਹੈ ਨਾ ਜੀ ਵੀ ਬਿਨਾ ਕਿਸੇ ਅਫਸਰ ਦੀ ਮਿਲੀ ਭਗਤੋਂ ਕੋਈ ਕੰਮ ਨਹੀਂ ਹੁੰਦਾ ਮੰਤਰੀ ਸੰਤਰੀ ਜੋ ਮਰਜ਼ੀ ਕਰਦੇ ਰਹਿਣ ਜੋ ਮਰਜ਼ੀ ਕਹਿੰਦੇ ਰਹਿਣ ਜੇ ਬੜੀਆਂ-ਬੜੀਆਂ ਪਰਚੀਆਂ ਹੁੰਦੀਆਂ ਰਕੇ ਜੀ ਤੇ ਮੰਤਰੀ ਭਾਵੇਂ ਕਹੀ ਜਾਂ ਤੁਸੀ ਦੇਖੋ ਨਾ ਉਹ ਕਿਸ ਤਰ੍ਹਾਂ ਪੀਐਸ ਆਈਸੀ ਦਾ ਘੁਟਾਲਾ ਹੋਇਆ ਸੀ ਅਮਰੂਦਾਂ ਦੇ ਬਾਗਾਂ ਦਾ ਘੁਟਾਲਾ ਇਹ ਸਭ ਅਫਸਰ ਇਨਵੋਲਵ ਹੁੰਦੇ ਆ ਇਹ ਸਾਰੇ ਤਰੀਕੇ ਦੱਸਦੇ ਨੇ ਕਿੱਦਾਂ ਕਰਨਾ ਐਵੇਂ ਥੋੜੀ ਇਹਨਾਂ ਨੇ ਧੱਕਾ ਇਹ ਜਿਹੇ ਦੇਖੋ ਜਗ੍ਹਾ ਮੋੜ ਦੀਆਂ ਹਿਹਾਸ ਬਲੇ ਬੰਨੇ ਆਈ ਵੇ ਜਿੱਦ ਬੰਨੀ ਜਿਹੜੇ 25 ਕਰੋੜ ਰੁਪਏ ਲੈ ਲੈ। ਬੈਂਸ ਹੋ ਰਹੀ ਤੇ ਪਾ ਹੋਰ ਦਿੱਤੇ ਸੀ। ਆ ਚਲੋ ਅਗੇ ਜੀ ਇਹਦਾ ਮਤਲਬ ਹੈ ਕੁਝ ਲੋਕ ਜਿਹੜੇ ਨੇ ਸਰਕਾਰ ਦੀ ਜਿਹੜੀ ਮਨਸ਼ਾ ਹੈ ਅਸੀਂ ਮਾਨ ਸਾਹਿਬ ਦੀ ਮਨਸ਼ਾ ਤੇ ਠੀਕ ਆ ਦੇਖੋ ਲੜ ਰਹੇ ਨੇ ਕੱਲ ਵੀ ਐਸਵਾਈਐਲ ਦੇ ਮੁੱਦੇ ਤੇ ਉਹਨਾਂ ਨੇ ਬੜਾ ਸਖ਼ਤ ਸਟੈਂਡ ਲੈ ਕੇ ਕਹਿੰਦੇ ਵੀ ਸਾਡੇ ਕੋਲ ਪਾਣੀ ਤਾਂ ਹੈ ਹੀ ਨਹੀਂ ਬਿਲਕੁਲ ਕਿੱਦਾਂ ਐਂ ਦੇ ਦਈਏ। ਇਹ ਕੁਝ ਅਫਸਰ ਜਿਹੜੇ ਨੇ ਭ੍ਰਸ਼ਟ ਉਹ ਉਹਨਾਂ ਦੀ ਮਨਸ਼ਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹ ਸਮਾਨ ਸਾਬ ਨੂੰ ਸੋਚਣਾ ਚਾਹੀਦਾ ਤੁਸੀਂ ਇਹ ਦੇਖੋ ਕਿ ਜੀ ਇਸੇ ਕਰਕੇ ਤੇ ਤੁਸੀਂ ਦੇਖੋ ਜਿਵੇਂ ਪਿਛਲੇ ਸਾਲ ਸਰਕਾਰ ਜਦੋਂ ਆਈ ਸੀ ਕਹਿੰਦੇ ਸੀ ਇਹ ਜਮੀਨਾਂ ਖਾਲੀ ਕਰਾਵਾਂਗੇ ਜਿਨ੍ਹਾਂ ਤੇ ਕਬਜ਼ੇ ਨੇ ਉਹ ਜਮੀਨਾਂ ਖਾਲੀ ਕਰਾਵਾਂਗੇ ਕੁਲਦੀਪ ਸਿੰਘ ਢਾਲੀਵਾਲ ਨੇ ਬਹੁਤ ਸਾਰਾ ਕੀਤਾ ਵੀ ਇੱਕ ਵਾਰੀ ਉਹਨਾਂ ਨੇ ਅਮਰਜੈਂਸੀ ਪ੍ਰੈਸ ਕਾਨਫਰੰਸ ਬੁਲਾਈ ਮੈਂ ਵੀ ਆਫਿਸ ਤੋਂ ਫਟਾਫਟ ਭਜਾ ਗਿਆ ਉਥੇ ਉਹਨਾਂ ਨੇ ਗੱਲ ਕੀਤੀ ਸੀ ਉਥੇ ਭਗਤਪੁਰਾ ਦੀ ਜ਼ਮੀਨ ਦੀ ਵੀ ਕਿੰਨੇ 1 ਕਰੋੜ ਦਾ ਨੁਕਸਾਨ ਹੋ ਗਿਆ ਹੁਣ ਜਿਹੇ ਇਸ ਰਿਪੋਰਟ ਜਿਹੜੀ ਸਾਹਮਣੇ ਕੁਈਕ 90 95000 ਏਕੜ ਜ਼ਮੀਨ ਐਸੀ ਹੈ ਜਿਹਨੂੰ ਖਾਲੀ ਨਹੀਂ ਕਰਾਇਆ ਜਾ ਸਕਦਾ ਤੇ ਕਹਿੰਦੇ ਉਹ ਇੰਨੀ ਬੇਸ਼ਕੀਮਤੀ ਲੈਂਡ ਆ ਆਪਾਂ ਐਵਰੇਜ ਕੇਜੀ ਲਾ ਲਈਏ ਵੀ ਇੱਕ ਜੇ 90000 ਏਕੜ ਜ਼ਮੀਨ ਹੈ ਤੇ ਕੋਈ ਕੋਈ 5 ਕਰੋੜ ਦੀ ਏਕੜ ਵੀ ਹੋਣੀ ਹੈ ਕੋਈ 1 ਕਰੋੜ ਏਕੜ ਵੀ ਜੇ 2 1 ਕਰੋੜ ਰੁਪਏ ਏਕੜ ਜ਼ਮੀਨ ਲਾ ਲਈ ਜਾਈਏ ਤੇ ਕਿੰਨੇ 180000 ਕਰੋੜ ਮਤਲਬ ਪੰਜਾਬ ਦਾ ਅੱਧੋਂ ਵੱਧ ਕਰਜ਼ਾ ਜਿਹੜਾ ਤੇ ਜ਼ਮੀਨ ਹੀ ਲਾ ਦਿੰਦੀ ਹੈ ਵੇਖੋ ਜੀ ਜੇ ਅਸਰ ਜਾਨ ਲੀਡਰਾਂ ਤੇ ਸ਼ਕਤੀ ਹੋਵੇ ਇੱਛਾ ਚੱਲਦੀ ਹੋਵੇ ਸਭ ਕੁਝ ਹੋਦਾ ਦਾ ਜੀ ਜੀ ਸਭ ਤੋਂ ਪਹਿਲੀ ਕੱਲ ਵੀ ਇਹ ਕਿਹਾ ਵੀ ਐਮਟੀਪੀ ਡਿਪਾਰਟਮੈਂਟ ਦੇ ਅਧਿਕਾਰੀਆਂ ਦੀ ਪ੍ਰੋਜੈਕਟ ਭ੍ਰਿਸ਼ਟ ਅਧਿਕਾਰੀਆਂ ਦੀ ਪ੍ਰਾਪਰਟੀ ਦੀ ਜਾਂਚ ਕਰਾਈ ਜਾਵੇ ਜੀ 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 ਦੂਜੀ ਇਹ ਸਰਕਾਰ ਕੋ ਰੋਹ ਮੰਗ ਕਰਦੇ ਆ ਵੀ ਜਿਹੜੇ ਭ੍ਰਿਸ਼ਟ ਅਧਿਕਾਰੀ ਕਿਦੇ ਵੀ ਰੰਗੇ ਹਥੀ ਫੜੇ ਜਾਂਦੇ ਆ ਉਹਨਾਂ ਨੂੰ ਦੁਬਾਰਾ ਪਬਲਿਕ ਡੀਲੀਗੈਂਸ ਦੇ ਪੋਸਟਾਂ ਤੇ ਨਾ ਲਾਓ ਨਹੀਂ ਲਾਂਦੇ ਉਹਨਾਂ ਵੇਖੋ ਆ ਇੱਥੇ ਆਰਟੀ ਦਾ ਵਿਧਾ ਇੱਥੇ ਕਸਟੈਨੋ ਹੀ ਉਹ ਭ੍ਰਿਸ਼ਟਾਚਾਰ ਜੋ ਦੀ ਬਦਲੀ ਹੋਈ ਸੀ ਉਹ 4 ਮਹੀਨੇ ਨਹੀਂ ਬਾਹਰ ਰਿਹਾ ਉਹ ਆਰਟੀਏ ਸਾਹਿਬ ਦੇ ਦਫ਼ਤਰ ਆ ਕੇ ਸਟੈਨੋ ਸਾਹਿਬ ਫੇਰ ਲੱਗ ਗਏ ਤੇ ਉਹਨੇ ਆ ਕੇ ਫੇਰ ਭ੍ਰਸ਼ਟਾਚਾਰ ਡਬਲ ਕਰਨਾ ਜਿਹੜਾ ਪੈਸੇ ਦੇ ਕੇ ਦੁਬਾਰਾ ਆਇਆ ਹੋਏ ਤੇ ਬਿਲਕੁਲ ਜੀ ਇਹਨੂੰ ਫਿਰ ਇਹੋ ਜਿਹੇ ਕੇਸੀ ਸਵਾਲ ਇਹ ਆ ਜਦੋਂ ਇਹੋ ਜਿਹੇ ਪ੍ਰਿਸ਼ਤ ਅਧਿਕਾਰੀ ਜਾਂ ਕਰਮਚਾਰੀ ਮੁਰਮੁਰ ਲੱਗਣਗੇ ਚੰਗੀਆਂ ਥਾਵਾਂ ਤੇ ਜਿਹੜਾ ਉਹਨਾਂ ਨੂੰ ਫੜਾਂਦਾ ਉਹਦਾ ਵੀ ਹੌਸਲਾ ਡਿੱਗ ਪੈਂਦਾ ਨਾਲੇ ਫਿਰ ਉਹਨੂੰ ਡਰਾਂਦੇ ਆ ਫਿਰ ਕੇ ਜੀ ਤਾਰੀਫ ਸਰਕਾਰ ਦੀ ਤੇ ਭ੍ਰਿਸ਼ਟਾਚਾਰ ਵਿਰੋਧੀ ਜਿਹੜੀ ਜੀਰੋ ਟਾਲਰੈਂਸ ਦੀ ਗੱਲ ਹੈ ਉਹ ਜਿਹੜਾ ਸਟੈਨੋ ਦੀ ਸੀ ਪਹਿਲਾਂ ਜਦ ਪਹਿਲਾਂ ਗਲਤ ਬਦਲਿਆ ਸੀ ਆਰਟੀਏ ਦਫ਼ਤਰ ਤੋਂ ਤੇ ਜਾਂ ਹੁਣ ਗਲਤ ਬਦਲਿਆ ਦੀ ਕਹਿੰਦਾ ਨਾ ਉਹ ਇਹ ਪੈਸੇ ਲੈਂਦਾ ਫੜਿਆ ਗਿਆ ਤੇ ਪੈਸੇ ਦੇ ਕੇ ਛੋਟਾਇਆ ਪੈਸੇ ਦੇ ਕੇ ਛੋਟਾਇਆ ਚਲੋ ਹੁਣ ਗੱਲ ਤੇ ਹੈਗੀ ਆਉਂਦੀ ਕੀਤੀ ਪੰਜਾਹ ਦਾ ਜ਼ਮੀਨਾਂ ਦੀ ਵੇਖੋ ਕਰੋੜਾ ਰੁਪਏ ਦੀ ਜ਼ਮੀਨ ਆ ਜਿਹੜਾ ਲੈਗਰਮਾਂ ਵੀ ਗਏ ਜੀ ਇੱਕ ਦਸਤਾਵੇਜ਼ ਵਾਲਿਆਂ ਨੇ ਖਲਾਸਾ ਕੀਤਾ ਸੀ ਇੱਕ ਕਾਲੀ ਦੇ ਦਲ ਦੇ ਐਮਐਲਏ ਸਾਹਿਬ ਉਹਨਾਂ ਵੀ ਵੇਖੋ ਸ਼ਾਮਲਾ ਜ਼ਮੀਨ ਤੇ ਕਲੋਨੀ ਘੜ ਛੱਡੀ ਆ ਦੇਖੋ ਆ ਸਕੂਲ ਵੀ ਬਣ ਗਏ ਉੱਥੇ ਕਿਦਾਂ ਵੱਡੇ ਵੱਡੇ ਲੀਡਰਾਂ ਦੇ ਕਬਜੇ ਸਾਰੇ ਜੀ ਇੱਕ ਆਪ ਦੇ ਹੁੰਦੇ ਜਿਹੜੇ ਐਮਐਲਏ ਮਹਾਲੀ ਦੇ ਉਹਨਾਂ ਦਾ ਵੀ ਨਾਂ ਆਂਦਾ ਉਹ ਕਹਿੰਦੇ ਨਹੀਂ ਪੈਸੇ ਦੇ ਨੂੰ ਤਿਆਰ ਆ ਸਰਕਾਰ ਨੂੰ ਸਰਕਾਰ ਲੈਂਦੀ ਨਹੀਂ ਉਹਦੇ ਸਰਕਾਰ ਦਾ ਡੀਏ ਦੇ ਲੈਣੇ ਕਹਿੰਦੇ ਆ ਹਾਂ ਉਹਨ ਵੇਖੋ ਪੰਡਾਰੀ ਸਾਹਿਬ ਲਗਭਗ ਸਰਕਾਰ ਬੜੇ ਦਾਵੇ ਕਰਦੀ ਆ ਕਿ ਪੰਜਾਹ ਦੀ ਜ਼ਮੀਨਾਂ ਦਾ ਇੱਕ ਵਜੇ بڑے ਜੋਰ ਨਾਲ ਛਿੜਾ ਰਹੇ ਆ ਜੀ 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 ਪੂਰੇ ਕਬਜ਼ੇ ਲਗੇ ਧਾਰੀਵਾਲ ਸਾਹਿਬ ਨੇ ਕਹੇ ਸੀਐਮ ਸਾਹਿਬ ਨੂੰ 1 ਇੰਚ ਦੀ ਜ਼ਮੀਨ ਖਾਲੀ ਰਹੂਗੀ ਆਂਦੇ ਭੇਜੇ ਵੀ ਲਗਭਗ 90 ਹਜ਼ਾਰ ਏਕੜ ਪੰਜਾਇਦੀ ਜ਼ਮੀਨ ਤੇ ਲੈਂਡ ਮਾਫੀਆ ਦਾ ਕਬਜ਼ਾ ਹੈਗਾ ਧਾਰੀਵਾਲ ਸਾਹਿਬ ਬਦਲੇ ਧਾਰੀਵਾਲ ਸਾਹਿਬ ਚਾਹੇਗੇ ਵੇਖ ਲਓ ਨਵੇਂ ਮੰਤਰੀ ਆ ਗਏ ਆ ਜਦੋਂ ਆਂਦੇ ਵੀ ਸਰਕਾਰ ਆਈ ਹੀ ਨਾ ਜੀ ਇਹ ਆਈ ਉਦੋਂ 1 ਲੱਖ 6000 182 ਏਕੜ ਤੇ ਲੈਂਡ ਮਾਫੀਆ ਦਾ ਕਬਜ਼ਾ ਹੈਗਾ ਇਸ ਜ਼ਮੀਨ ਦੇ ਉੱਤੇ ਜੀ ਜੀ ਵੇਖੋ ਇਹਨਾਂ ਨੇ ਛਿੜਾਇਆ 12224 ਏਕੜ 46 ਬਿਲਕੁਲ ਚੰਗੀ ਗੱਲ ਹੈ ਇਹ ਵੀ ਪੰਜਾਬ ਦੇ 23 ਚਈ ਦੇ 23 ਜ਼ਿਲ੍ਹਿਆਂ ਦੇ ਵਿੱਚ ਪੰਚਾਇਤੀ ਸਰਕਾਰੀ ਸ਼ਾਮਲਤ ਜ਼ਮੀਨਾਂ ਤੇ ਕਬਜ਼ੇ ਆ ਗਏ ਜਿੱਦਾਂ ਉਹਨੇ ਜਗਦਾਤ ਸਿੰਘ ਹਨਾ ਨੇ ਕਰਦੇ ਰਜਿਸਟਰੀ ਤੇ ਇਦਾਂ ਰਜਿਸਟਰੀ ਹੋਈ ਨਹੀਂਆਂ ਸਾਰੀਆਂ ਫਿਰ ਉਹਨਾਂ ਨੇ ਉਹ ਕੀ ਕਰਦੇ ਸਟੇ ਲੈ ਲੈਣੇ ਆ ਸਰਕਾਰ ਨੇ ਕਹਣਾ ਦੱਸ ਤਾਂ ਕੰਮ ਚੱਲਣ ਦੇ ਲਈ ਕਿਦਾਂ ਕਿਹਾ ਜੀ ਇਹ ਬੜਾ ਅਸੀਂ ਵੀ ਕਈ ਵਾਰੀ ਕਹਿੰਨੇ ਆ ਵੀ ਸਟੇ ਲੈ ਲਿਆ ਇਹ ਤਾਂ ਦੱਸਦੇ ਨਹੀਂ ਹਾਈ ਕੋਰਟ ਤੇ ਕਦੀ ਨਹੀਂ ਇਹ ਬਾਨਯੋਗ ਜੱਜ ਸਾਹਿਬ ਕਹਿਣਗੇ ਵੀ ਤੁਸੀਂ ਸਰਕਾਰੀ ਜ਼ਮੀਨ ਤੇ ਕਬਜ਼ਾ ਕਰ ਲਓ ਕਦੀ ਵੀ ਨਹੀਂ ਇਸਰਾ ਇਹ ਵੇਖ ਕੇ ਤਾਂ ਜਾਂਦੇ ਆਈਕਨ ਨੂੰ ਗੁੰਮਰਾਹ ਕਰਦੇ ਆ ਤੇ ਜਾਂ ਫਿਰ ਗਲਤ ਦੱਸਦੇ ਮੈਸੇਜ ਗਲਤ ਦਿੰਦੇ ਆ ਇਹ ਗੁੰਮਰਾਹ ਕਰ ਦਿੰਦੇ ਆ ਅਫਸਰ ਮੂੰਹ ਚ ਘੁੰਗਰੀਆਂ ਪਾ ਗਏ ਬੰਨਾਂ ਨੇ ਜਿਹੇ ਚ ਪੈਸੇ ਪੈਂਦੇ ਵੀ ਤਹੀ ਬੋਲਣਾ ਨਹੀਂ ਜੇ ਉੱਥੇ ਉਹ ਬੋਲਦੇ ਨਹੀਂ ਹੁਣ ਜੇ 127 ਫੁੱਟ ਜਿਹੜੀ ਹਾਈਟ ਵਾਲੀ ਬਿਲਡਿੰਗਾਂ ਰਣਜੀਤ ਐਵੇਨਿਊ ਦੇ ਵਿੱਚ ਲੌੜੀ ਨਹੀਂ ਹੈਗੀਆਂ ਤੇ ਫਿਰ ਉਹਨਾਂ ਸਟੇ ਕਿਦਾਂ ਮਿਲਦਾ ਇਹਦਾ ਮਤਲਬ ਵੀ ਜਿਹੜਾ ਇਥੇ ਇੱਕ ਟਰੱਸਟ ਦਾ ਵਕੀਲ ਜਾਂਦਾ ਆਪਣਾ ਪੱਖ ਨਹੀਂ ਸਹੀ ਰੱਖਦਾ ਜੇ ਸਰਕਾਰ ਕਾਨੂੰਨ ਰੱਖ ਦਵੇ ਆਪਣੇ ਵੀ 68 ਫੁੱਟ ਤੱਕ ਬੰਨੀ ਆ ਮੈਗਾ ਪ੍ਰੋਜੈਕਟ ਹੋਏ ਤੇ 100 ਤੱਕ ਬੰਨੀ ਮੈਗਾ ਹੀ ਪਾਸ ਹੀ ਕੋਈ ਨਹੀਂ ਕਰਦੇ 127 ਤੇ ਬੰਨੀ ਨਹੀਂ ਸਕਦੀ ਤੇ ਜੇ 27 ਦੱਸਣ ਤੇ ਕੋਈ ਜੱਜ ਸਾਹਿਬ ਮੇਰੇ ਨਹੀਂ ਖਿਆਲ ਵੀ ਮਾਂਜੋ ਜੱਜ ਸਾਹਿਬ ਨੂੰ ਸਟੇ ਦੇਣ ਬੰਦੇ ਨੂੰ ਬਿਲਕੁਲ ਠੀਕ ਨਹੀਂ ਮਿਲ ਸਕਦਾ ਹੁਣ ਵੇਖੋ 23 ਜਿਲ੍ਹਿਆਂ ਵਿੱਚੋਂ ਮਹਾਲੀ ਕੱਲੇ ਦੇ ਵਿੱਚ ਹੀ 29 ਹਜ਼ਾਰ ਏਕੜ ਜ਼ਮੀਨ ਤੇ ਕਬਜ਼ਾ ਹੈ ਜੇ ਸਭ ਤੋਂ ਮਹਿੰਗੀ ਜ਼ਮੀਨ ਵੀ ਮਹਾਲੀ ਦੀ ਦੇ ਮਹਾਲੀ ਦਾ 29 ਹਜ਼ਾਰ ਏਕੜ ਦੇ ਮਹਾਲੀ ਦੇ ਹਿਸ਼ਾਰਪੁਰ ਦੇ ਵਿੱਚ 11 ਹਜ਼ਾਰ 287 ਏਕੜ ਦੇ ਪਟਿਆਲਾ ਵਿੱਚ 920 ਏਕੜ ਦੇ ਲੁਧਿਆਣਾ ਵਿੱਚ 6830 ਏਕੜ ਤੇ ਕਪੂਰਥਲਾ ਵਿੱਚ 6174 ਏਕੜ ਤੇ ਅੰਮ੍ਰਿਤਸਰ ਵਿੱਚ 5493 ਏਕੜ ਦੇ ਇਥੇ ਹੀ ਇੱਕ ਪਖਤੂਪੁਰ ਵਾਲੀ ਜ਼ਮੀਨ ਦਾ ਵੀ ਕਿੰਨੀ ਵਾਰੀ ਕਬਜ਼ਾ ਕੀਤਾ ਹੁੰਦੇ ਫਾਈਲ ਗਈ ਸੀ ਐਮ ਸਾਹਿਬ ਕੋਲ ਉਹ ਆਉਂਦੇ ਆ ਹੀ ਨਹੀਂ ਮਰੀ ਵਪਾਰੀ ਜਦੋਂ ਦੀ ਸਰਕਾਰ ਬਣੀ ਉਹਦੀ ਫਾਈਲ ਪਈ ਹੈ ਐਮ ਸਾਹਿਬ ਪਖਤੂਪੁਰ ਵਾਲੀ ਫਾਈਲ ਕਢੋ ਲੋਕਾਂ ਨੂੰ ਪਤਾ ਚੱਲੇ ਕਿ ਕਬਜ਼ਾ ਆਇਆ ਹੈ ਕਿ ਨਹੀਂ ਇਹ ਤਾਂ ਬੜਾ ਰੋਲਾ ਪਾਇਆ ਇਹ ਕਹਿੰਦੇ ਖਾਲਾਂ ਦੇ ਕਬਜ਼ੇ ਹੋ ਗਏ ਬਾਜਵਾ ਸਾਹਿਬ ਸਰਕਾਰ ਬਣਨ ਤੋਂ ਬਾਅਦ ਅਗਲੇ ਦਿਨ ਸੈਨ ਕਰ ਗਏ ਉਹ ਦਿਨ ਕਰ ਗਏ ਖਾਲਾਂ ਦੇ ਕਬਜ਼ੇ ਕਰ ਗਏ ਉਹ ਕਢੋ ਹੁਣ ਜਲੰਧਾ ਦੇ ਵਿੱਚ 5253 ਏਕੜ ਗਦਾਸਪੁਰ ਵਿੱਚ 4041 ਏਕੜ ਫਤਿਹਗੜ੍ਹ ਸਾਹਿਬ ਵਿੱਚ 3350 ਏਕੜ ਉਹ ਆਂਦੇ ਵੀ ਵਕ ਵਕ ਅਦਾਲਤਾਂ ਵਿੱਚ ਜਿਹੜੇ ਵਿਭਾਗ ਦੇ ਕੇਸ ਚਾਰੇ ਪੰਚਾਇਤੀ ਜ਼ਮੀਨਾਂ ਸ਼ਿਹਰਾਂ ਦੇ 5462 78 ਏਕੜ ਜਿਹੜੀ ਜ਼ਮੀਨ ਆ ਉਹਦੇ ਕੇਸ ਚੱਲਣਦੇ ਆ ਕਿਸੇ ਨੇ ਵਕ ਵਕ ਅਦਾਲਤਾਂ 'ਚ ਜਾਂ ਵਕ ਵਕ ਵਿਭਾਗਾਂ ਦੇ ਵਿੱਚ ਕੋਈ ਚੱਲਣਦੇ ਕੋਈ ਡੀਸੀ ਕੋ ਚੱਲਣਦੇ ਕੋਈ ਅਡਿਅਰਸਾ ਕੋਲ ਕੋਈ ਕਮਿਸ਼ਨਰ ਰੈਵਨੀ ਕੋਈ ਚੱਲਣਦੇ ਆ ਉਹ ਡਿਵੀਜ਼ਨ ਕਮਿਸ਼ਨ ਕੋਲ 60 65000 ਏਕੜ ਜੇ ਵੀ ਜਿਹੜੀ ਆ ਉਹ ਖਾਲੀ ਪਈ ਜਾ ਸਕਦੀ ਹੈ ਤੇ ਆਂਦੇ ਭਈ ਜਿਹੜੇ ਅਫਸਰ ਹਨ ਉਹ ਕੋਈ ਇੰਟਰਸਟਰੀ ਲੈਂਡ ਹੈ ਉਹਨਾਂ ਨੂੰ ਵੀ ਲੱਭਣਾ ਜਿਹਦੇ ਕੋਈ ਹੋਊਗਾ ਮੈਂ ਫਾਈਲ ਚੁੱਕੀ ਫਿਰਾਂਗੇ ਉਹ ਦੇ ਦਊਗਾ ਅਹੀ ਇਹਵੇਂ ਲੋਕਾਂ ਦੇ ਦਸ਼ਮਣੀ ਪਾਈਏ ਕੋਈ ਸ਼ਰਾਨ ਜਾਂਦੇ ਕਬਜੇ ਕੋ ਅਫਸਰਾਂ ਨੂੰ ਕੈਦ ਕਰ ਲੈਂਦੇ ਆ ਕੋਈ ਅੰਦਰ ਪਰ ਇਹੋ ਕੁਟ ਮਰ ਕਰਦੇ ਨੇ ਕਿ ਜੀ ਇਹਨਾਂ ਦਾ ਕੰਮ ਤੇ ਇਹੀ ਆ ਨਾ ਜੀ ਕਬਜਾ ਨਾ ਸ਼ਰਾਨ ਤੇ ਇਹਨਾਂ ਨੂੰ ਕੋ ਸਾਮਾਨ ਮਿਲਦਾ ਰਹਿੰਦਾ ਇਹ ਕਬਜਾ ਸਟਾਨ ਚ ਇੰਟਰਸਟਿੰਗ ਲੈਂਦੇ ਲਚਰ ਇੱਕ 652 ਏਕੜਾਂ ਦੇ ਤਾਂ ਦੀ ਜ਼ਮੀਨ ਆ ਜੇ ਤੇ ਕੋਈ ਅਦਾਲਤੀ 스테 ਨਹੀਂ ਕੋਈ ਕਿਸੇ ਤਰ੍ਹਾਂ ਦਾ ਝਗੜਾ ਨਹੀਂ ਜ਼ੇਰੇ ਬਾਹਰ ਜੜਾਲਣ ਇਹ ਨਹੀਂ ਛਡਾਂਦੇ ਉਹ ਜੀ ਤੁਹਾਨੂੰ ਯਾਦ ਹੋਣਾ ਆਪਾਂ ਪ੍ਰੋਗਰਾਮ ਕੀਤਾ ਸੀ ਕਿ ਡੇਰਾ ਬੱਸੀ ਦੇ ਕੋਲ ਜ਼ਮੀਨ ਹੈ ਕਰੀਬ ਕਰੀਬ 2000 ਏਕੜ ਜ਼ਮੀਨ ਹੈ ਸਰਕਾਰ ਕਹਿੰਦੀ 1843 ਏਕੜ ਜ਼ਮੀਨ ਹੈ ਪਰ ਸਾਡੇ ਸੂਤਰ ਜਿਹੜੇ ਕਹਿੰਦੇ ਵੀ 2243 ਏਕੜ ਜ਼ਮੀਨ ਹੈ ਉਹ ਉਹ ਕਿਸ ਤਰ੍ਹਾਂ ਉੱਥੇ ਮਾਈਨਿੰਗ ਵੀ ਹੋਈ ਜਾਂਦੀ ਹੈ ਮਾਨ ਸਾਹਿਬ ਨੇ ਚਿੱਠੀ ਲਿਖੀ ਡੀਸੀ ਸਾਹਿਬ ਨੂੰ ਉੱਤੇ ਦੇ ਮੋਹਾਲੀ ਦੇ ਵੀ ਤੁਸੀਂ ਇਹ ਜ਼ਮੀਨ ਖਾਲੀ ਕਰਾਓ ਤੇ ਮੈਨੂੰ ਰਿਪੋਰਟ ਕਰੋ ਇਹ ਡੇਢ ਦੋ ਮਹੀਨੇ ਹੋ ਗਏ ਜੇ ਉਹਨਾਂ ਨੇ ਇੱਕ ਪ੍ਰੈਸ ਨੋਟ ਇਹ ਨਹੀਂ ਮੰਨਦੇ ਹੁਕਮ ਨਹੀਂ ਮੰਨਦੇ ਡੀਸੀ ਪ੍ਰੈਸ ਨੋਟ ਜਿਹੜੇ ਆ ਜਾਰੀ ਕਰਤਾ ਵੀ 175 ਏਕੜ ਜ਼ਮੀਨ ਖਾਲੀ ਕਰਾਈ ਹੈ ਜਾਂ 273 ਏਕੜ ਜ਼ਮੀਨ ਖਾਲੀ ਕਰਾਈ ਹੈ ਉਹ ਵੀ ਉਹ ਖਾਲੀ ਕਰਾਈ ਜਿਹਦੇ ਤੇ 20 25 25 ਫੋਟੋ ਟੋਏ ਪਏ ਆ ਬੰਦਰ ਹੋ ਗਈ ਵੀ ਜਿਹੜੀ ਮਾਈਨਿੰਗ ਕਰ ਕਰਕੇ ਉਹਨਾਂ ਨੇ ਗਾਹਤੀ ਜ਼ਮੀਨ ਉਹ ਕਿਹੇ ਕੰਮ ਦੀ ਨਹੀਂ ਰਹੀ ਕਹਿੰਦੇ ਨਾ ਵੀ ਫੰਡਰ ਹੋ ਗਈ ਆ ਅਫਸਰ ਸਰਕਾਰ ਦੀਆਂ ਨਜ਼ਰਾਂ ਹੀ ਘਟਾ ਪਾਉਂਦੇ ਆ ਝੂਠੀਆਂ ਰਿਪੋਰਟਾਂ ਬਣਾ ਕੇ ਮਾਰ ਹੋ ਗਏ ਹੋਏ ਆ ਉਹ ਜਿਵੇਂ ਉਹ ਸਤਨਾਮ ਦਾਉ ਕਹਿੰਦੇ ਨੇ ਵੀ ਅਸਲ ਜਿਹੜੇ ਅਸਲ ਸਰਕਾਰ ਤੇ ਅਸਰ ਜਿਹੜੇ ਘੁੰਨ ਲੱਗਿਆ ਨਾ ਉਹ ਇਹ ਵੱਡੇ ਅਫਸਰ ਆ ਮੰਤਰੀ ਤੇ ਅੱਜ ਨਾਮ ਦੀ ਕਰਕੇ ਅਜੀ ਕੋਈ ਟ੍ਰੇਨਿੰਗ ਆ ਜਿਵੇਂ ਕੱਲ ਅਸੀਂ ਪ੍ਰੋਗਰਾਮ ਕੀਤਾ ਕੱਲ ਮੇਰੇ ਨਾਲ ਬਾਲੀ ਸਾਹਿਬ ਆਏ ਸੀ ਉਹ ਕਹਿੰਦੇ ਵੀ ਚੇਅਰਮੈਨ ਲਾਏ ਲਾ ਦਿਓ ਕਹਿੰਦਾ ਉਹ ਕੋਈ ਵੀ ਕਿਹੜੀ ਗੱਲੋਂ ਬਾਲੀ ਸਾਹਿਬ ਨੇ ਠੀਕ ਕਿਹਾ ਵੀ ਚੇਅਰਮੈਨ ਉਹ ਬੰਦਾ ਲਾਣਾ ਚਾਹੀਦਾ ਜਿਹੜਾ ਉਹ ਕੰਮ ਦਾ ਮਾਹਰ ਹੋਵੇ ਹੁਣ ਜਿਹੜਾ ਬੰਦਾ ਆਮ ਬੰਦਾ ਲਾਤਾ ਜਾਂ 10 ਪੜਿਆ ਜਾਂ 12 ਪੜਿਆ ਜਾਂ 20 ਪੜਿਆ ਉਹਨੂੰ ਟੈਕਨੀਕਲ ਗੱਲਾਂ ਕੀ ਪਤਾ ਉਹਨੂੰ ਅਫੀਸ਼ੀਅਲਾਈ ਭਰਾਂਦੇ ਆ ਉਹਨੂੰ ਟੈਕਨੀਕਲ ਉਹਨੂੰ ਵੇਖੋ ਕਾਨੂੰਨ ਪੜਨਾ ਨਹੀਂ ਆਂਦਾ ਕੋਈ ਨਹੀਂ ਅੱਖਾਂ ਦੇ ਪੱਟੀ ਬੰਨ੍ਹ ਦਿੰਦੇ ਆ ਫੈਸ਼ਨ ਦੀ ਵਾਕਿਆ ਹੀ ਉਹ ਜਿਹੜਾ ਚੇਅਰਮੈਨ ਲਾਣਾ ਚਾਹੀਦਾ ਕਿ ਹੇ ਭਾਗ ਦਾ ਟੈਕਨੀਕਲ ਬੰਦਾ ਹੋਣਾ ਚਾਹੀਦਾ ਜਿਹਨੂੰ ਸਭ ਕੁਝ ਪਤਾ ਹੋਵੇ ਬਿਲਕੁਲ ਸਹੀ ਗੱਲ ਉਹਨਾਂ ਨੇ ਕਹੀ ਬੇਰੀ ਗੱਲ ਹੋਰ ਉਹ ਪੀ ਜਿਹੜਾ ਅਟਾ ਗਈ ਹੈ ਕਾਰਪੋਰੇਸ਼ਨ ਤੇ ਇਹਨਾਂ ਟਰਸਟ ਦਾ ਕੰਮ ਦੇਖੋ ਆ ਫਿਰ ਦੋ ਕਿਉਂ ਰਹੇ ਆ ਭਵਾਨਨ ਕਹਿੰਦੀ ਮੈਂ ਕੱਲ ਦੇਖੋ ਨਾ ਉਹ ਉਸ ਕਰਕੇ ਬਣੇ ਪਹਿਲਾਂ ਕਾਰਪੋਰੇਸ਼ਨ ਵਾਲੇ ਗਲੀਆਂ ਬਣਾ ਗਏ ਇਹਨਾਂ ਦੇ ਬੰਦੇ ਗਲੀਆਂ ਨਹੀਂ ਬਣੇ ਪੈਸੇ ਪਾ ਲੈਂਦੇ ਆ ਫਿਰ ਇਹ ਉਹਨਾਂ ਦੀਆਂ ਬਣੀਆਂ ਗਲੀਆਂ ਦੇ ਪੈਸੇ ਪਾ ਲੈਂਦੇ ਟੈਡਰ ਕੱਢ ਕੇ ਇਹ ਸਭ ਨਾਲੇ ਇਹ ਸਭ ਨਾਲੇ ਹੋਇਆ ਹੁਣ ਵੇਖੋ ਵੀ ਸਰਕਾਰ ਨੇ ਇੱਕ ਸ਼ਾਮਲਤ ਸੈਲ ਵੀ ਬਣਾਤਾ ਸੀ ਜੀ ਇਸੇ ਸਾਲ ਤੇ ਵਿਭਾਗ ਨੂੰ ਮੁਲਾਜ਼ਮ ਨਹੀਂ ਦਿੱਤੇ ਇੱਕ ਜਾਇੰਟ ਡਾਇਰੈਕਟਰ ਦੇ ਤੇ ਇੱਕ ਡਾਟਾ ਐਂਟਰੀ অপারেਟਰ ਦੇ ਉਹ ਸ਼ਾਮਲਾ ਜ਼ਮੀਨਾਂ ਕਿਹ ਕਦ ਨਾਲ ਖਾਲੀ ਕਰਾਊਗਾ ਹੁਣ ਲਗਭਗਾਂ ਦੇ ਵੀ 94 ਏਕੜ ਜ਼ਮੀਨ ਤੇ ਨਜਾਇਜ਼ ਕਬਜ਼ਾ ਜਿਨ੍ਹਾਂ ਦੇ ਚ ਲੀਗਲ ਜਿਹੜਾ ਕੰਮ ਚੱਲਣ ਰਿਹਾ 94000 ਏਕੜ ਜ਼ਮੀਨ ਤੇ 94000 ਏਕੜ ਜ਼ਮੀਨ ਤੇ ਕਬਜ਼ਾ ਹਰ ਸਾਹਮਣੇ 61 ਏਕੜ ਜ਼ਮੀਨ ਦੇ ਵਿਭਾਗ ਵੱਲੋਂ ਕੇ ਅੰਦਰ ਸੈਕਸ਼ਨ 7 ਉਹ ਵਿਲੇਜ ਕਾਮਨ ਐਕਟ ਰੈਗੂਲੇਸ਼ਨ 1961 ਜਿੰਨਾ ਸਰਕਾਰ ਨੂੰ ਪਾਵਰਾਂ ਅਪੀਲ ਲੀਗਲ ਕਬਜ਼ੇ ਛਡਾਉਣ ਨੂੰ ਖਾਲੀ ਕੀਤਾ ਨਾ ਕਿਸੇ ਨੇ ਕੀਤਾ। ਆ ਵੇਖੋ ਕਿ ਜੀ ਇਹਨੂੰ ਲੈ ਕੇ ਅਸੀਂ ਸਰਦਾਰ ਦੀ ਕਿਉਂ ਲਈਏ? ਮੈਂ ਇਹਨੂੰ ਲੈ ਕੇ ਜਿਹੜੇ ਪੰਚਾਇਤੀ ਮਿਨਿਸਟਰ ਨੇ ਲਾਲਜੀਤ ਸਿੰਘ ਭੁੱਲਰ ਉਹਨਾਂ ਨੂੰ ਫੋਨ ਕੀਤਾ ਤਿੰਨ ਚਾਰ ਵਾਰੀ ਪਰ ਉਹ ਬਿਜ਼ੀ ਤੁਹਾਨੂੰ ਪਤਾ ਵੀ ਮੰਤਰੀ ਨੇ ਹੁਣ ਫੋਨ ਥੋੜੀ ਚੁੱਕਣਗੇ। ਉਹ ਕਿਹੜੇ ਫੋਟੋ ਖਰਾ ਲੈਂਦੇ ਆ ਟਰੈਕਟਰ ਤੇ ਕਬਜ਼ਾ ਛਡਾਉਂਦੇ ਆ ਇਹਦੀ। ਤੇ ਮੈਂ ਇਹ ਪੁੱਛਾਂ ਉਹਨਾਂ ਨੂੰ। ਉਹਨਾਂ ਨੂੰ ਮੈਸੇਜ ਵੀ ਪਾਇਆ ਮੈਂ। ਇਹ ਗੱਲ ਪਰ ਰਿਪੀਟਡਲੀ ਕਾਲ ਕੀਤੀਆਂ। ਜੀ ਜੀ ਸਰਕਾਰ ਭਵੇਂ ਕਰਪਟ ਸਰਕਾਰ ਹੀ। ਪਰ ਉਹਨਾਂ ਦੇ ਮੰਤਰੀ ਅਫਸਰ ਫੋਨ ਬੜੀ ਖੇਤੀ ਚੁੱਕਦੇ ਆ ਚਲੋ ਕੀ ਜੀ ਇਹਨਾਂ ਨੂੰ ਸਕਾਰ ਚ ਨਾ ਕੋਈ ਐਮਐਲਏ ਫੋਨ ਚੁੱਕਦਾ ਤੇ ਨਾ ਕੋਈ ਮੰਤਰੀ ਚੁੱਕਦਾ ਪਤਾ ਨਹੀਂ ਕੀ ਇਹਨਾਂ ਨੇ ਪੱਕੇ ਕੀਤੇ ਆ ਮਾਨ ਸਾਹਿਬ ਨੇ ਉਦਾਂ ਦੇ ਕਹਿੰਦੇ ਸਵਾਲ ਪੁੱਛੋ ਉਹਨਾਂ ਪਤਾ ਵੀ ਹੁੰਦੇ ਨੇ ਲੋਕਾਂ ਨੂੰ ਮੈਂ ਕਹਿ ਬੈਠਾ ਲੋਕਾਂ ਸਵਾਲ ਪੁੱਛਣੇ ਤੇ ਮੇਰੇ ਮੰਤਰੀਆਂ ਜਵਾਬ ਨਹੀਂ ਆਣੇ ਉਹ ਆਂਦੇ ਫੋਣੀ ਦਾ ਚੱਕੋ ਤੁਸੀਂ ਕਹੇ ਦੀ ਵੇਖੋ ਅਸੀਂ ਕਈ ਵਾਰੀ ਗੱਲ ਕਰ ਬੈਠੇ ਆਂ ਅੰਮ੍ਰਿਤਸਰ ਦੇ ਵਿੱਚ ਇਲੀਗਲ ਬਿਲਡਿੰਗਸ ਦੀ ਸੀਵੀਓ ਸਾਹਿਬ ਦੀ ਟੀਮ ਆਂਦੀ ਹੈ ਅਰਜੀਵ ਸੇਖੜੀ ਉਹਨਾਂ ਨੇ ਆਪਣੀ ਟੀਮ ਭੇਜੀ ਸੀ ਵੀ 23 ਇਲੀਗਲ ਜਿਹੜੀਆਂ ਉਹਨਾਂ ਵੀ ਸਿਰਫ ਤੇ ਸਿਰਫ ਟੀਮ ਨੂੰ 23 ਬਿਲਡਿੰਗਾਂ ਵਿਖੀਆਂ ਜਾਂ ਤੇ ਤੁਸੀਂ ਟੀਮ ਨੂੰ ਕੋਈ ਮਹੀਨਾ ਦਿਓ ਵੀ ਪੂਰੇ ਸ਼ਹਿਰ ਦਾ ਸਰਵੇ ਕਰੋ ਵੀ ਕਿੱਥੇ ਕਿੱਥੇ ਜਿਹੜੇ ਇਲੀਗਲ ਨਿਰਮਾਣ ਹੋਏ ਨੇ ਕਿੰਨਾਂ ਨੇ ਕਰਾਏ ਨੇ ਕਿੰਨਾਂ ਦੇ ਰਹਿੰਦਿਆਂ ਹੋਏ ਕਿਸੇ ਤੇ ਐਫ ਕੋਈ ਕੱਖ ਨਹੀਂ ਕਹਿੰਦੇ ਜੀ ਜਾਂਚ ਕਰਾ ਰਹੇ ਆਂ ਟੂਨ ਬਿਲਡਿੰਗ ਢਾਣ ਦੀ ਗੱਲ ਕਰ ਦਿੰਦੇ ਰਕੇ ਜੀ ਇਹ ਟਹਣੀਆਂ ਟੂਣੀਆਂ ਕੀ ਲੱਗ ਜੇਗਾ ਪਤਾ 15 ਜਨਵਰੀ ਆਣ ਵਾਲੀ ਹੈ ਜਿਹੜੀ ਬਿਲਡਿੰਗ ਨੂੰ ਸੀਲ ਕੀਤਾ ਹੁੰਦਾ ਹੈ ਹਾਈ ਕੋਰਟ ਵੱਲੋਂ ਆਦੇਸ਼ ਹੁੰਦੇ ਨੇ ਵੀ ਇਹਦੇ ਕੰਮ ਨਹੀਂ ਚੱਲਣ ਦੇਣਾ ਉਹਦੇ ਤੇ ਹੜ ਦੇ ਪਰਦੇ ਲਵਾ ਕੇ ਕੰਮ ਕਰਾਉਂਦੇ ਨੇ ਪਰਦੇ ਉਹ ਰੰਗੀ ਦੇ ਨੂੰ ਲਾ ਕੇ ਕੰਮ ਚੱਲਦਾ ਰਹੇ ਸ਼ੀਸ਼ੇ ਲੱਗਦੇ ਰਹੇ ਆ ਆ ਸਵੇਰਾ ਹੋਟਲ ਜੀ ਬੰਦੇ ਆ ਸੀਲ ਕੀਤੇ ਸੀਲ ਚ ਕੰਮ ਕਰ ਗਏ ਆ ਇੱਥੇ ਹਜੇ ਹੋਟਲ ਆ ਜਿਹੜੇ ਅਜੇ ਵੀ ਕਾਗਜ਼ਾਂ ਸੀਲ ਚੱਲਣ ਦੇ ਆ ਤੇ ਉੱਥੇ ਯਾਤਰੀ ਰਹਣ ਦੇ ਆ ਵੇਖੋ ਮੁਖਬਰ ਸ਼ਾਇਦ ਹਾਲੂ ਆ ਕੇ ਰਹਣ ਦੇ ਉੱਤੇ ਕਰਵਾ ਚੱਲਣ ਦੇ ਆ ਕਮਰਬਜੇ ਪ੍ਰਤਾਪ ਦੀ ਗੱਲ ਤੋਂ ਫਿਰ ਠੀਕ ਹੈ ਨਾ ਜੀ ਵੀ ਕਹਿੰਦੇ ਵੀ ਸਰਕਾਰ ਬਦਲੀ ਸਿਸਟਮ ਪੁਰਾਣਾ ਉਦਾਂ ਹੀ ਚੋਰੀ ਚਕਾਰੀ ਚੱਲ ਜਾਂਦੇ ਉਹ ਕਹਿੰਦੇ ਵੀ ਇੰਨਾ ਭ੍ਰਸ਼ਟਾਚਾਰ ਫੈਲਿਆ ਲੋਕਲ ਬਾਡੀ ਡਿਪਾਰਟਮੈਂਟ ਦੇ ਵਿੱਚ ਕਹਿੰਦੇ ਮੈਂ ਦੱਸ ਨਹੀਂ ਸਕਦਾ ਆਪ ਗਏ ਸੀ ਪ੍ਰੈਸ ਕਾਨਫਰੈਂਸ ਤੇ ਉਹਨਾਂ ਨੇ ਕੀਤੀ ਸੀ ਮੈਂ ਵੀ ਉੱਥੇ ਗਿਆ ਸਾਂ ਨਾਲ ਗ੍ਰੀਨ ਐਵੇਨਿਊ ਸਕੂਲ ਦੀ ਕੱਖ ਹੋਇਆ ਉਦਾਂ ਹੀ ਬਿਲਡਿੰਗ ਮੂੰਹ ਚੁੜਾ ਰਹੀ ਹੈ ਅੱਜ ਵੀ ਵੇਖੋ ਪਿਆ ਅਖਬਾਰਾਂ 'ਚ ਆਇਆ ਸਕੂਲ ਬਣ ਗਿਆ ਉੱਥੇ ਵੇਖੋ ਐਮਐਲਏ ਜਾਨੀ ਜੋਰ ਚੱਲਦਾ ਤੇ ਤੁਹਾਡਾ ਮੇਰਾ ਕੀ ਚੱਲੂਗਾ ਸਾਡਾ ਤਰਕੇ ਜੀ ਕੰਮ ਤੇ ਹੈਗਾ ਵੀ ਇਹੀ ਆਪਣੀ ਗੱਲ ਸਰਕਾਰ ਦੇ ਪਬਲਿਕ ਨੂੰ ਰੱਖੀ ਜਾਣੀ ਵੀ ਤੁਹਾਡੀ ਸਰਕਾਰ ਕੀ ਕਰਨ ਦੀ ਆ ਸ਼ਾਇਦ ਮਾਨ ਸਾਹਿਬ ਜਦ ਤੱਕ ਸੁਣਨਗੇ ਤੇ ਫਿਰ ਐਕਸ਼ਨ ਲੈ ਹੁੰਦੇ ਮੈਂ ਟਾਈਕੀ ਕੀ ਗੱਲ ਉਹਨਾਂ ਨਾਲ ਨਾ ਇੱਕੋ ਵਾਰੀ ਝਾੜੂ ਵੀ ਵੇਨਾ ਵੀਰੇ ਨਾਲ ਸਾਰਿਆਂ ਦੇ ਉੱਤੇ ਚੋਰਾ ਦੇ ਉੱਤੇ ਜਿੱਦਾਂ ਇਹ ਦੱਸਣ ਦੇ ਸਟੈਨੋ ਲੱਗ ਗਿਆ ਆਗੇ ਉਹਨਾਂ ਨੇ ਵੀ 23 ਸੀਬੀਓ ਦੀ ਰਿਪੋਰਟ ਦੇ 23 ਵੈਦ ਬਿਲਡਿੰਗਾਂ ਤੇ 11 ਗਲੀਆਂ ਸੈਂਟਰ ਦੀ ਸੈਂਟ ਦੇ 11 ਥੋੜਾ 600 ਕਿੰਨੇ ਵੈਦ ਬਣੇ ਆ ਹਾਈ ਕੋਰਟ ਦੀ ਰਿਪੋਰਟ ਆ ਗਈ ਆ ਚਲੋ ਔਰ ਕੀ ਜੀ ਆ आजाद ਮੁਲਕ ਦੀ ਜਿਹੜੀ ਭਾਰਤ ਦੀ ਜਿਹੜੀ ਤਸਵੀਰ ਐ ਸੀ ਤੇ ਕਹਿੰਦੇ ਆਂ ਬੀ ਵਿਸ਼ਵ ਗੁਰੂ ਬੰਨਾ ਹੈ ਦੇਸ਼ ਜਿਹੜੀ ਆ ਤੀਸਰੀ ਜਿਹੜੀ ਆਪਣੀ ਅਰਥਵਿਵਸਥਾ ਬੰਨਾ ਹੈ ਪਰ ਤੁਸੀਂ ਦੇਖੋ ਕਈ ਥਾਵਾਂ ਤੇ ਹਾਲਾਤ ਕੀ ਨੇ ਪਹਿਲੇ ਮਨੀਪੁਰ ਦੀ ਘਟਨਾ ਐ ਸੀ ਕਿਸ ਤਰ੍ਹਾਂ ਉੱਥੇ ਔਰਤਾਂ ਨੂੰ ਨੰਗਾ ਕਰਕੇ ਘੁਮਾਇਆ ਜਾਂਦਾ ਮਾਫੀ ਚਾਹਨਾ ਬਰਡ ਯੂਜ਼ ਕਰਨਾ ਪੈ ਰਿਹਾ ਹੈ ਕਰਨਾਟਕ ਦੇ ਵਿੱਚ ਇਸ ਕਿਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਏ ਉੱਥੇ ਵੀ ਇੱਕ ਲੇਡੀ ਨੂੰ ਨੰਗਾ ਕਰਕੇ ਉਹਨੂੰ ਖੰਭੇ ਨਾਲ ਬੰਨਤਾ ਜਾਂਦਾ ਰਕੇ ਸੀ ਕਪੜੇ ਪਾੜੇ ਜਾਂਦੇ ਨੇ ਉੱਥੇ ਦੇਖੋ ਪਿੰਡ ਦੇ ਵਿੱਚ 2-400 ਬੰਦਾ ਜਿਹੜਾ ਉਹ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦਾ ਰਹਿੰਦਾ ਵੀ ਉਹ ਕਿੱਡੇ ਬਾਹੂਬਲੀ ਸੀਗੇ ਵੀ ਜਿਨ੍ਹਾਂ ਨੇ ਇਹ ਹਰਕਤ ਕੀਤੀ ਉਹਨਾਂ ਨੂੰ ਕੋਈ ਨਿਆਂ ਦਾ ਕੋਈ ਖੌਫ ਨਹੀਂ ਹੈ ਜਾਂ ਇਹ ਲੋਕ ਅਜ ਵੀ ਕੁਛ ਐਸੇ ਨੇ ਜਿਹੜੇ ਕਹਿੰਦੇ ਵੀ ਸਾਡਾ ਕਾਨੂੰਨ ਚੱਲਦਾ ਹੈ ਸਾਡਾ ਹੀ ਸਭ ਕੁਝ ਹੈ ਵੀ ਅਸੀਂ ਜੋ ਮਰਜ਼ੀ ਕਰਾਂਗੇ ਸਾਨੂੰ ਉਹਦੇ ਤੇ ਕਿਸੇ ਦਾ ਨਾ ਕੋਈ ਡਰਿਆ ਨਾ ਸਾਨੂੰ ਪਰਵਾਹ ਇਹ ਮਾਮਲਾ ਕੀ ਕੀ ਚ ਇਹ ਲੋ ਜਿੱਦਾਂ ਕੁਸ਼ਤੀ ਸੰਗਜ ਬਾਹੂਬਲੀਆਂ ਦਾ ਗਵਜਾ ਆ ਨਹੀਂ ਹੁੰਦੇ ਸਰਕਾਰ ਦੇ ਦੇਆ ਬਸ ਸਰਕਾਰ ਚਲੋ ਜਾਗੀਏ ਤੇ ਪਰ ਸਿਚੁਏਸ਼ਨ ਹੈ ਹੋਜੀ ਆਣ ਕਿਉਂ ਦਿੰਦੀ ਆ ਵੀ ਉਹਨਾਂ ਨੂੰ ਆਪਣੇ ਮੈਡਲ ਵਾਪਸ ਕਰਨੇ ਪੈਣ ਠੀਕ ਕੋਈ ਚੰਗਾ ਬੰਦਾ ਲਾ ਦਿਓ ਕੁਸ਼ਤੀ ਦਾ ਪਹਿਲਵਾਨ ਲਾ ਦਿਓ ਕੋਈ ਥੀਸਾ ਜਿਹਨੂੰ ਉਹਦੇ ਬਾਰੇ ਜਾਣਕਾਰੀ ਵੀ ਹੋਵੇ ਹੁਣ ਇਹ ਮਾਮਲਾ ਹੈ Karnataka ਦਾ Belgaum ਹੈਗਾ ਜ਼ਿਲ੍ਹਾ Belgaum Belgaum ਜ਼ਿਲ੍ਹਾ ਜੀ ਕੁਛ ਆ ਬੰਦੇ ਜਿਹੜੇ ਐ ਕੋਰਟ ਦੇ ਘਰ ਵੱੜਦੇ ਆ ਅਸੀਂ ਇਨਾਂ ਪਿੰਡ ਦਾ ਨਾਂ ਜਾਣ ਕੇ ਨਹੀਂ ਨਸ਼ਾ ਕਰ ਰਹੇ ਬਿਲਕੁਲ ਨਾ ਕਿ ਹੋਰ ਦਾ ਨਾਂ ਲੈ ਰਹੇ ਆ ਤੇ ਉਹਨੂੰ ਵਿਚਾਰੇ ਨੂੰ ਘਟ ਦੇ ਮਾਰਦੇ ਘਰੋਂ ਕੱਢ ਲੈਂਦੇ ਆ ਉਹਦੇ ਕੱਪੜੇ ਫਾੜ ਦਿੰਦੇ ਤੇ ਬਿਜਲੀ ਦੇ ਖੰਬੇ ਨਾਲ ਬਲ ਦਿੰਦੇ ਆ ਜੀ ਰੋਪ ਇਹ ਵੀ ਉਹ ਜਨਾਨੀ ਦਾ ਬੇਟਾ ਤੇ ਜਿਹੜੇ ਬੰਦੇ ਕਟਮਾਰ ਕਰ ਰਹੇ ਹੁੰਦੇ ਬੇਟੀ ਪਿਆਰ ਕਰਦੇ ਤੇ ਦੋਵੇਂ ਭੱਜ ਗਏ ਜੀ ਇਹਨਾਂ ਦਾ ਲਾਦ ਨੂੰ ਪੁੱਛਦੇ ਦੋਵੇਂ ਬਾਲਗ ਦੇ ਹਰਕੇ ਜੀ ਇਹ ਵੀ ਰਿਪੋਰਟ ਆ ਰਹੀ ਜੀ ਕੁੜੀ ਦੀ ਸਗਾਈ ਵੀ ਹੋਣ ਵਾਲੀ ਆ ਜੀ ਕੁੜੀ ਦੀ ਸਗਾਈ ਹੋ ਕੇ ਤੇ ਹੋਰ ਹੋਣ ਵਾਲੀ ਹੀ ਭੱਜ ਗਈ ਉਹਨਾਂ ਕਹਿੰਦੇ ਸਾਡੀ ਬੇਇੱਜ਼ਤੀ ਬੜੀ ਆ ਉਹ ਬਦਲਾ ਲੈਣ ਵਾਸਤੇ ਆ ਗਏ ਵੀ ਮਾਂ ਦਾ ਕੀ ਕਸੂਰ ਭੱਜਿਆ ਤੇ ਮੁੰਡਾ ਇੱਕ ਕਾਨੂੰਨ ਸਾਡਾ ਕਹਿੰਦਾ ਵੀ ਬਾਲਗ ਬੱਚੇ ਵਿਆਹ ਕਰਾ ਸਕਦੇ ਆ ਤੇ ਫੇਤੇ ਹੀ ਕੋਈ ਕਾਨੂੰਨ ਤੋਂ ਉੱਪਰ ਥੋੜਾ ਜਿਹਾ ਤਾਂ ਬੰਦਾ ਕਾਨੂੰਨ ਨੂੰ ਕੋਈ ਨਹੀਂ ਮੰਨਦਾ ਜਿਦਾਂ ਹਾਈ ਕੋਰਟ ਦੇ ਹੁਕਮਾਂ ਨੂੰ ਇੱਥੇ ਨਹੀਂ ਮੰਨਦੇ ਨਾ ਕਾਰਪੋਰੇਸ਼ਨ ਵਾਲੇ ਮੰਨਦੇ ਨਾ ਬਿਲਸੋਲ ਮੰਨਦੇ ਇਹ ਜਿਹੜੇ ਕੇਸ ਜੀ ਲੋਕ ਹਨਾ ਜੀ ਜਿਹੜੇ ਇਸ ਤਰ੍ਹਾਂ ਕਾਨੂੰਨ ਅਰੇ 200 400 ਬੰਦਾ ਇਹ ਸਾਰਾ ਤਮਾਸ਼ਾ ਵੇਖਣ ਡਿਆ ਉਹਨੂੰ ਤਮਾਸ਼ਾ ਵੀ ਨਹੀਂ ਕਹਾਂਗੇ ਨਾ ਉਹਨਾਂ ਨੂੰ ਇਹਨਾਂ ਨੇ ਅੱਗੇ ਹੋ ਕੇ ਛਡਾਇਆ ਤੱਕ ਨਹੀਂ ਉਹ ਕਿੱਡੇ ਬਾਹੂਬਲੀ ਵੀ ਤੁਹਾਨੂੰ ਸਾਰਿਆਂ ਨੂੰ ਮਾਰ ਸਕਦੇ ਹੋ ਆਹ ਵੇਖੋ ਕਿ ਜੀ ਕੋਈ ਪੁਲਿਸ ਨੇ ਕੁਝ ਬੰਦਿਆਂ ਨੂੰ ਗ੍ਰਫਤਾਰ ਕੀਤਾ 7 ਬੰਦੇ ਗ੍ਰਫਤਾਰ ਕਰ ਲਿਆ ਤੇ ਉਥੋਂ ਦੇ ਜਿਹੜੇ ਕनाडा ਦੇ ਮੁੱਖ ਮੰਤਰੀ ਆ ਮਾਨਜੋਗ ਸੈਦਰ ਮਈਆ ਸਾਹਿਬ ਉਹਦੇ ਸਖਤ ਕਾਰਵਾਈ ਕਰਨਗੇ ਕੀ ਵੀ ਇਹਨਾਂ ਨੂੰ ਫਾਂਸੀ ਲਾ ਦਿਓਗੇ ਆ ਵੀ ਕਹਿੰਦਾ ਤਾਂ ਕੋਈ ਕੀ ਕਾਨੂੰਨ ਹੈ ਜਿਹੜੇ ਨਵੇਂ ਕਾਨੂੰਨ ਬਣ ਰਹੇ ਹਨ ਉਹਨਾਂ ਵਿੱਚ ਫਾਂਸੀ ਵੀ ਹੈਗੀ ਜੇ ਇਸ ਕੰਮ ਵਾਸਤੇ ਅਨਕੀਸ਼ ਜੀ ਦੇਖੋ ਫਾਂਸੀ ਵੀ ਜੇ ਟੈਂਪ ਟੂ ਰੇਪ ਦੇ ਉੱਤੇ ਉਹਨਾਂ ਫਾਂਸੀ ਵੀ ਰੱਖੀ ਆ ਤੇ 20 ਸਾਲ ਦੀ ਕੈਦ ਵੀ ਰੱਖੀ ਆ ਉਹ ਜੇ ਕਾਨੂੰਨ ਲਾਗੂ ਹੋਗੇ ਨਾ ਇਹ ਕੰਮ ਘਟ ਜਾਣਗੇ ਕਿਉਂਕਿ ਅਜੀ ਸਵਾਲ ਤੇ ਆ ਵੇਖੋ ਇਹਦੇ ਤੇ ਮਾਨਯੋਗ ਹਾਈ ਕੋਰਟ ਕਰਨਾਟਕ ਦੇ ਨੇ ਉਹਨਾਂ ਨੇ ਵੀ ਟਿੱਪਣੀ ਕੀਤੀ ਹੈ ਜੱਜ ਸਾਹਿਬ ਨੇ ਬੜਾ ਸਖਤ ਇਹਦੇ ਤੇ ਜਿਹੜਾ ਉਹ ਸਟੈਂਡ ਵੀ ਲਿਆ ਹੈ ਤੇ ਸਰਕਾਰ ਨੂੰ ਉਦੇਸ਼ ਵੀ ਦਿੱਤੇ ਨੇ ਤੇ ਕਿਹਾ ਵੀ ਉੱਥੇ ਜਿਹੜੀ ਲੇਡੀ ਆ ਜਿਸ ਦੇ ਨਾਲ ਘਟਨਾ ਵਾਪਰੀ ਹੈ ਇੱਕ ਹੋਰ ਅਜੀ ਗੱਲ ਇਹਦੀ ਸੱਸ ਜਿਹੜੀ 80 ਸਾਲ ਦੀ ਜੀ ਉਹਦੇ ਨਾਲ ਵੀ ਕੁੱਟਮਾਰ ਕੀਤੀ ਗਈ ਏ ਉਹਦੇ ਵਿੱਚ ਢੁੱਢ ਢੱਲ ਲਤਾ ਮਾਰੀਆਂ ਉਹਨਾਂ ਨੇ ਵੀ ਤੁਸੀਂ ਦੇਖੋ ਬਸੀਂ ਜਾ ਕੇ ਮਤਲਬ ਇਹ ਬੰਦੇ ਵੈਸ਼ੀ ਦਰਿੰਦੇ ਕਹਿ ਸਕਦੇ ਇਹਨਾਂ ਨੂੰ ਆਈ ਇਨਸਾਨ ਨਹੀਂ ਕਹਿ ਸਕਦੇ ਇਹਨਾਂ ਲਈ ਇਨਸਾਨ ਲਫ਼ਜ਼ ਵਰਤਣਾ ਵੀਰਾ ਇਨਸਾਨ ਲਫ਼ਜ਼ ਦੀ ਤੋਹੀਨ ਹੈ ਕਿਹ ਜੀ ਜਦੋਂ ਇਹ ਸਾਰੀਆਂ ਚੀਜ਼ਾਂ ਦੇਖੋ ਆਨਲਾਈਨ ਅੱਜ ਕੱਲ ਤਾਂ ਵਾਇਰਲ ਹੋ ਜਾਂਦੀਆਂ ਵੀਡੀਓਜ਼ ਬਣ ਜਾਂਦੀਆਂ ਪੁਰਾਣੇ ਕਾਨੂੰਨ ਚੱਲਦੇ ਪਏ ਆ ਲੰਬੇ ਸਮੇਂ ਟ੍ਰਾਇਲ ਚੱਲਦੇ ਆ ਜਦੋਂ ਚੀਜ਼ ਸਾਹਮਣੇ ਆ ਗਈ ਜਿਵੇਂ ਜੱਜ ਸਾਬਾਨ ਕਈ ਵਾਰੀ ਸੰਕੇਤ ਲੈਂਦੇ ਵੀ ਕਹਿੰਦੇ ਸਾਹਮਣੇ ਵੀਡੀਓ ਪਈ ਏ ਪੈਸੇ ਲੈਂਦਾ ਪਿਆ ਬੰਦਾ ਰਿਸ਼ਵਤ ਲੈਂਦਾ ਇਹਦੀ ਕੀ ਟ੍ਰਾਇਲ ਕਰਾਵਾਂਗੇ ਕੀ ਫਰੈਂਚੀ ਦੀ ਜਾਂਚ ਕਰਾਵਾਂਗੇ ਇਸ ਕਰਕੇ ਵੀ ਜੱਜ ਸਾਹਿਬਾਨ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਇਹ ਜਿਹੜੇ ਬੇਸ਼ੀਦ ਰਹਿੰਦੇ ਆ ਨਾ ਜੀ ਇਹਨਾਂ ਨੂੰ ਖੁੱਲੇ ਨਹੀਂ ਘੁੰਮਣ ਦੇਣਾ ਚਾਹੀਦਾ ਕਾਨੂੰਨ ਨੂੰ ਜਿਹੜੇ ਲੋਕ ਕੀ ਆਜ਼ਾਦ ਮੁਲਕ ਦੇ ਕਾਨੂੰਨ ਦੇ ਉੱਤੇ ਤੁਹਾਨੂੰ ਵਿਸ਼ਵਾਸ ਨਹੀਂ ਰਹਿ ਗਿਆ ਜਹਾਂ ਪੇ ਸਾਡੇ ਕਾਨੂੰਨ ਜਿਹੜੇ ਆ ਉਹ ਐਡੇ ਜਿਹੜੇ ਆ ਉਹ ਪੁਰਾਣੇ ਹੋ ਗਏ ਆ ਅੰਗਰੇਜ਼ਾਂ ਦੇ ਵੇਲੇ ਦੇ ਵੀ ਲੋਕ ਆਪ ਹੀ ਕਹਿੰਦੇ ਵੀ ਕੋਈ ਫਰਕ ਨਹੀਂ ਪੈਂਦਾ ਜੋ ਮਰਜ਼ੀ ਕਰੀ ਜਾਓ ਚਲੋ ਸਮਾ ਵਗਰ ਕੇ ਜੀ ਜ਼ਿਆਦਾਤਲੀ ਹੁਣ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਪਰ ਸਭ ਤੋਂ ਵੱਡਾ ਸਵਾਲ ਹੈ ਜੇ ਸਰਕਾਰ ਜਿਹੜੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਹੋਏ ਨੇ ਉਹ ਖਾਲੀ ਕਰਾ ਲਵੇ ਤੇ ਪੰਜਾਬ ਦਾ ਅੱਧੇ ਤੋਂ ਵੱਧ ਕਰ ਜਾ ਜਿਹੜਾ ਉੱਤਰ ਸਕਦਾ ਇਹ ਬਿਲਕੁਲ ਸੱਚ ਆ ਆਖਰਕਾਰ ਉਹ ਕੌਣ ਲੋਕ ਨੇ ਜਿਹੜੇ ਕਿ ਸੱਪ ਬਣ ਕੇ ਸਰਕਾਰੀ ਜ਼ਮੀਨਾਂ ਤੇ ਬੈਠੇ ਨੇ ਤੇ ਉਹ ਕਿਹੜੇ ਅਫਸਰ ਨੇ ਜਿਹੜੇ ਆਪਣਾ ਕੰਮ ਠੀਕ ਠੰਗ ਨਾਲ ਨਹੀਂ ਕਰ ਰਹੇ ਇਹ ਬਿਲਕੁਲ ਸੱਚ ਆ ਜੇ ਅਫਸਰ ਆਪਣੇ ਕੰਮ ਨੂੰ ਠੀਕ ਠੰਗ ਨਾਲ ਅੰਜਾਮ ਦੇਣ ਲੱਗ ਪਏ ਤੇ ਗਲਤ ਕੰਮ ਹੋ ਹੀ ਨਹੀਂ ਸਕਦਾ ਤੁਹਾਨੂੰ ਇੱਕ ਲੀਡਰ ਕਹਿੰਦਾ ਵੀ ਕੋਈ ਗਲਤ ਕੰਮ ਕਰੋ ਮੰਤਰੀ ਕਹਿੰਦਾ ਜਾਂ ਕੋਈ ਐਮਐਲਏ ਕਹਿੰਦਾ ਤੇ ਮੀਡੀਆ ਤੁਹਾਡੇ ਕੋਲ ਆ ਦੱਸੋ ਨਾ ਉਹਨੂੰ ਵੀ ਇਹ ਬੰਦਾ ਮੇਰੇ ਕੋ ਫਲਾਣਾ ਕੰਮ ਕਰਾ ਰਿਹਾ ਹੈ ਪਰ ਤੁਸੀਂ ਇਸ ਕਰਕੇ ਗਲਤ ਕੰਮ ਕਰਦੇ ਹੋ ਕਿ ਉਸ ਦੀ ਆੜ ਦੇ ਵਿੱਚ ਜੇ ਮੰਤਰੀ ਨੇਤਾ ਨੇ ਕੋਈ ਇੱਕ ਗਲਤ ਕੰਮ ਕਰਾਇਆ ਤੁਸੀਂ 10 ਗਲਤ ਕੰਮ ਕਰੋਗੇ ਜਿੱਥੇ ਇੱਕ ਇੱਥੇ ਵੀ ਇੱਕ ਮੰਤਰੀ ਸਾਹਿਬ ਸਨ ਸੋਨੇ ਦਾ ਬਿਸਕੁਟ ਉਹਨੇ ਤੇ ਇਕ ਲਿਆ ਪਰ ਜਿਹੜਾ ਅਫਸਰ ਉਹਦੇ ਲਈ ਸੋਨੇ ਦੇ ਬਿਸਕੁਟ ਇਕੱਠੇ ਕਰਦਾ ਏ ਸੋਨੇ ਦੇ ਸਿੱਕੇ ਇਕੱਠੇ ਕਰਦਾ ਸੀ ਉਹਨੇ 10 ਸਿੱਕੇ ਦੇ ਬਿਸਕੁਟ ਆਪਣੇ ਸਿੱਕੇ ਲੈ ਸੋਨੇ ਦੇ ਇਸ ਕਰਕੇ ਲੋਕਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਹੋਵੋ ਕੋਈ ਐਸਾ ਕੰਮ ਜੇ ਤੁਹਾਨੂੰ ਲੱਗਦਾ ਹੈ ਤੁਹਾਡੇ ਆਸ-ਪਾਸ ਗਲਤ ਹੋ ਰਿਹਾ ਤੇ ਸਾਨੂੰ ਉਹਦੀ ਜਾਣਕਾਰੀ ਦਿਓ ਅਸੀਂ ਤੁਹਾਡਾ ਉਹ ਸਾਰੀ ਚੀਜ਼ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਨਿਸ਼ਾ ਕਰਾਂਗੇ ਤੇ ਨਾਲ ਦੀ ਨਾਲ ਇਹ ਮਾਮਲਾ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਵੀ ਲਿਆਵਾਂਗੇ ਧੰਨਵਾਦ ਨਮਸਕਾਰ ਸਸ਼ਿਕਾ